اکبر، اللہ اکبر، یا رسول اللہ، یا رسول اللہ، یا علی، یا علی علیہ السلام، بسم اللہ الرحمن الرحیم، الحمد للہ رب العالمین، الرحمن الرحیم، مالک یوم الدین، ایاک نعبد و ایاک نستعین، اہدنا الصراط المستقیم، صراط الذین انعمت علیہم غیر المغضوب علیہم ولا الضالین. بسم اللہ الرحمن الرحیم، قل هو الله احد، الله الصمد، لم يلد ولم يولد ولم يكن له كفوا احد. بسم الله الرحمن الرحيم، قل هو الله احد، الله الصمد، لم يلد ولم يولد ولم يكن له كفوا احد. بسم اللہ الرحمن الرحیم، صلی علی محمد، آل محمد، واجل فرج آل محمد، باواز بلند صلوات. ٹھیک ہے، صلوات سارے پڑھو بابا. ولائی تکلیف کرو، صلوات پڑھو. دعائے وارث کائنات تو رٹڑے قبول فرماؤ. بانیان لپڑ خلوص سے تمام بارواں بادشاہ اپنی بارگاہ وچ قبول فرماؤ. مومن مومنات جو بیمار ان مالک صحت دے وے. مرحومین دے اللہ پاک درجات بلند فرماؤ. بادشاہ دا ظہور ہوے، بی بی دا گھر وسے، تواریاں ساریاں اکھیں دیکھن. سلوات پڑھو، میں ذکر پاک شروع کراں. بابا تو آگو سلوات آندی نہیں یا تورا رواج کوئی نہیں پڑھنا لگا؟ اچھی پڑھو بھائی سارے. مہربانی مہربانی. اعوذ باللہ السميع العليم من الشيطان اللعين الرجيم. بسم الله الرحمن الرحيم. صلوات مهرباني بابا. الحمد لله رب العالمين، الصلاة والسلام على اشرف الانبیاء والمرسلین، صلوات و علی اخیہ و وزیرہ و خلیفتہ و ابن عمہ امیر المومنین، صلوات. و علی سیدت مقدسات طاہرۃ المطہرہ عالمۃ العاملہ صدیقۃ الکبریٰ المدفونۃ سرائیں. جڑا دفن ہوئی ڈھلی ہوئی رات آئی، والموضوبۃ جہراں جڑا لٹی چٹھا دیں آئی. سیدت نسائل عالمین کھمند کر کے سلوات. تھوڑا دیں بابا میک کھول میک. تیری دھی آلی آدھے پردے آدھا نگران جہان تھے آگئے، تھوڑا پتر حسین عباس بھرا کون دی ماں تو مانگ کے
ਹਜ਼ਾਰ ਸੋਹਣੇ ਸੁਣਦੇ ਬੈਠੇ ਹੋ, ਕੋਈ ਜ਼ਬਰ ਨਹੀਂ, ਸੋਜੀ ਨਵਾਜ਼ ਖੋਲ ਬਾਬਾ। ਤੁਹਾਡਾ ਪੁੱਤਰ ਹੁਸੈਨ ਅਬਾਸ ਭਰਾ ਤੂੰ ਦੀ ਮਾਂ ਤੂੰ ਮੰਗ ਕੇ ਮਤ ਪੜਾ ਮਾਵਾ, ਤੇਰੀ ਧੀ ਆਲੀਆ ਦੇ ਪਰਦਾਂ ਦਾ ਨਿਗਰਾਨ ਜਹਾਂ ਚ ਆ ਗਏ, ਤੁਹਾਡਾ ਪੁੱਤਰ ਹੁਸੈਨ ਅਬਾਸ ਭਰਾ ਤੂੰ ਦੀ ਮਾਂ ਤੂੰ ਮੰਗ ਕੇ ਚਾ ਸੁਣੀ ਸ਼ੀਆ ਵਸਦੇ ਰਹੋ ਸਦਕਾ ਜ਼ਿਕਰ ਹੁਸੈਨ ਦਾ। ਤੁਹਾਡਾ ਪੁੱਤਰ ਹੁਸੈਨ ਅਬਾਸ ਭਰਾ ਤੂੰ ਦੀ ਮਾਂ ਤੂੰ ਮੰਗ ਕੇ ਫਿਲਾ ਦਿਆ ਹੈ ਤੋੜਿਆ ਜਮੀਆ ਤੇ ਬਾਸ ਵਫਾ ਦਿਖਲਾ ਗਏ, ਹੁਸੈਨ ਦੇ ਹੱਥਾਂ ਤੂੰ ਜਾਣ ਕੇ ਰਾਜ਼ੀ ਉਹਨੇ ਕਦਮਾਂ ਤੇ ਹੱਥ ਲਾ। ਵਾਹ ਵਾਹ ਵੱਤ ਪੜਾ ਮਾਵਾ, ਤੁਹਾਡਾ ਪੁੱਤਰ ਹੁਸੈਨ ਅਬਾਸ ਭਰਾ ਤੂੰ ਦੀ ਮਾਂ ਤੂੰ ਮੰਗ ਕੇ ਮੈਂ ਸਦਕੇ ਤੇ ਹਾਂ, ਹੈਰਾਨ ਹਾਂ ਮੈਂ ਥੋੜੇ ਅੱਜ ਨਵੀਂ ਆਏ ਤੇ ਬੜਾ ਸੁਵਾ ਨਿਖਲਾ ਗਏ ਜੋ ਹੁਸੈਨ ਦੇ ਹੱਥਾਂ ਤੂੰ ਜਾਣ ਕੇ ਰਾਜ਼ੀ ਦੇ ਕਦਮਾਂ ਤੇ ਹੱਥ ਲਾ। ਬਿਸਮਿਲਾ ਕਰ ਮੇਰਾ ਚੱਲ ਬੱਚਾ, ਸਦਕਾ ਈ ਜ਼ਿਕਰ ਦਾ ਤੁਸਾਂ ਵਸਦੇ ਰਹੋ। ਅੱਲਾ ਪਾਕ ਤੁਹਾਨੂੰ ਕਹਿਣ ਦਾ ਮੁਹਤਾਜ ਨਾ ਕਰੇ। ਅੱਜ ਪੰਜ ਸ਼ਾਬਾਨ ਹੈ, ਕੱਲ ਚਾਰ ਆਈ, 26 ਹਿਜਰੀ, 4 ਸ਼ਾਬਾਨ, 15 ਮਈ ਸਰਕਾਰ ਵਫਾ ਦੀ ਅਲੀ ਦੇ ਘਰ ਵਿੱਚ ਆਮਦ ਹੋਈ। ਤਵੱਜੋ ਹੈ ਬਾਬਾ, ਗਾਜ਼ੀ ਦੀ ਆਮਦ ਪੜ੍ਹਦਾ, ਤੁਸਾਂ ਹੁਕਮ ਦਿੱਤਾ ਹੈ। ਲਾਡੀ ਜ਼ਖਮੀ ਆਈ ਮੁਹੰਮਦ ਦੀ ਧੀ, ਤੇਰੀ ਮੇਰੀ ਹਸੀਅਤ ਰਸੂਲ ਦੀ ਜੁੱਤੀ ਦੀ ਉੱਡੀ ਹੋਈ ਧੂੜ ਦੇ ਬਰਾਬਰ ਹੀ ਨਹੀਂ। ਹੇ ਤੇਰੀ ਮੇਰੀ ਧੀ ਕੋਈ ਝਿਣਕ ਦੇਵੇ ਬੰਦੇ ਕਤਲ ਕਰਦੇ ਸਨ। ਰਸੂਲ ਦੀ ਧੀ ਮੈਂ ਆਖੇ ਜ਼ਖਮੀ ਆਈ ਤੂੰ ਚੁੱਪ ਕਰ ਗਈ, ਸਦਕੇ ਥੇ ਹੋ। ਬਸ ਅਫਦਰ ਸ਼ਾਹ ਜੀ ਅਲੀ ਅਲੈਹਿਸ ਸਲਾਮ ਬੈਠੇ ਨੇ, ਬੀਬੀ ਬਤੂਲ ਬੈਠੇ ਨੇ, ਢੇਰ ਸਾਰੀਆਂ ਵਸੀਅਤਾਂ ਕੀਤੀਆਂ ਨੇ, ਢੇਰ ਸਾਰੀਆਂ ਡੂ ਵਸੀਅਤਾਂ ਦੇ ਮਜਲਿਸ ਪੜ੍ਹਨੀ। ਯਾਰੀ ਮੇਰੇ ਬਾਦ ਨੀ ਕੋ ਘਰ ਥੋੜੇ ਆਵਾਏ, ਧੀਆਂ ਦੇ ਪਿਓ ਬੈਠੇ ਜਾਣਦੇ ਅਲੀ ਜਾਣ ਕੇ ਪੁੱਛਾ ਸਵਜਾ ਬੀਬੀ ਬਤੂਲ ਆ ਦਿਨ ਤੁਸੀਂ ਆਉਂਦੇ ਹੋ, ਮੈਂ ਹੁੰਦੀ ਹਾਂ, ਮੇਰੀ ਕੰਢ ਦਾ ਓਲਾ ਕਰ ਬਾਂਦੀ, ਤੂੰ ਸਾਸੋ ਮੈਂ ਕੋਈ ਨਹੀਂ ਆਉਣਾ, ਮੇਰੀ ਧੀ ਕੋ ਸ਼ਰਮ ਡਾਢੀ ਆ। ਬਸ ਅਫਦਰ ਸ਼ਾਹ ਜੀ ਕੁਝ ਬੰਦੇ ਇਤਰਾਜ਼ ਕਰਦੇ ਨੇ, ਸਾਕਿਰ ਆਦਿਨ ਅਲੀ ਦੀ ਧੀ ਅਲੀ ਤੂੰ ਪਰਦਾ ਕਰੇਂਦੀ ਗਈ। ਬਾਬਾ ਮੈਂ ਪਰਦਾ ਨਹੀਂ ਆਖਾਂ, ਮੈਂ ਸ਼ਰਮ ਆਖ ਹਯਾ ਆਖਾਂ। ਹਰ ਘਰ ਵਿੱਚ ਸੈਦ ਧੀਆਂ ਹਨ, ਹੁਣ ਵੀ ਧੀਆਂ ਹਯਾ ਕਰੇਂਦੀਆਂ ਨੇ ਪਿਓਾਂ ਦਾ, ਸ਼ਰੀਫ ਘਰਾਂ ਦੀਆਂ। ਕੂੜ ਤਾਂ ਨਾ ਮਾਰੀ ਖੜਾ, ਕਿਹੜਾ ਘਰ ਹੈ ਜਿਹਦੇ 'ਚ ਬੱਚੀ ਕੋਈ ਨਹੀਂ, ਕਿਹੜੇ ਘਰ ਵਿੱਚ ਧੀ ਕੋਈ ਨਹੀਂ, ਤਜਰਬਾ ਕਰੇ ਜਾ। ਤੂੰ ਮੁਜ਼ੱਫਰਗੜ੍ਹ ਮੁਲਤਾਨ ਪਿਆ ਵਹਿੰਦਾ ਹੋਵੇ ਨਾ, ਤਾਂ ਤੇਰੇ ਪੋਤੋ 'ਤੇ 15 ਜੋੜੇ ਪਏ ਹੋਵੇ, ਰੋਜ਼ਾਨਾ ਨਵਾਂ ਜੋੜਾ ਪੈਂਦਾ ਹੋਵੇ, ਵਾਤੀ ਲਾਡ ਕਰਕੇ ਕਹਿੰਲੇ ਸੱਜੂ ਆਸੀ ਕਹਿੰਲੇ ਖੱਬੂ, ਬਾਬਾ ਮੇਰੇ ਕੱਪੜੇ ਆਣੇ,
ਤੇ ਧੀ ਕੋਲੋਂ ਵੀ ਇੱਕੋ ਜੋੜਾ। ਉਹ ਤੂੰ ਆਖਿਆ ਮੈਂ ਵਹਿੰਦਾ ਪੀਆ ਮੁਜ਼ੱਫਰਗੜ੍ਹ ਤੇਰਾ ਜੋੜਾ ਕੱਪੜੇ ਖੇਨਾ ਵਾਂ ਆਖਸੀ ਬਾਬਾ ਤੂੰ ਖੈਰ ਨਾਲ ਵੱਲੇ ਮੈਂ ਦੇ ਹੇਨ ਇਵੇਂ ਆਧੀ ਹੁੰਦੀਆਂ। ਈਦ ਲੜੀ ਈਦ ਹੀ ਪੀਓ ਤੂੰ ਡਰੈਕ ਚਾਹ ਗੁਲਾਮ ਸੈਨ ਧੀਆਂ ਨਹੀਂ ਮੰਗਦੀਆਂ ਮਾਂ ਦੇ ਵਸੀਲੇ ਨਾਲ ਮੰਗ ਸੈਨ ਸੱਚ ਭਾਈ ਤੇ ਹਈ ਸ਼ਰਮਾ ਦੀ ਮਲਕਾ। ਕੁਝ ਲੋਕ ਬਸ ਅਫਦਰ ਸ਼ਾਹ ਜੀ ਇਤਰਾਜ਼ ਕਰਦੇ ਨੇ ਸ਼ੀਆ ਰੋਂਦੇ ਤੇਰਾ ਹੱਕ ਬਣਦਾ ਈ ਤੂੰ ਆਖੀ ਆ ਸ਼ੀਆ ਜਿੰਦੇ ਕਿਵੇਂ ਹਨ ਜਿਹੜੀ 5 ਸਾਲ ਦੀ ਉਮਰ ਵਿੱਚ ਅਲੀ ਜਾਂ ਪੀਓ ਦੇ ਸਾਹਮਣੇ ਨਹੀਂ ਆਉਂਦੀ। ਮੈਂ ਕੋ ਅੱਜ ਦੇ ਨਹੀਂ ਦੀ ਇੱਜ਼ਤ ਦੀ ਕਸਮ ਹੈ 90,000 ਬੇਹਯਾ ਦੇ ਮੱਝ ਮੱਝ ਬਗੈਰ ਬੁਰਕੇ ਦੇ ਟੁਰੀਏ ਆ ਜਾਣੀ ਨਾ ਰੋਂ ਬਾਬਾ ਸਦਕੇ ਕੀ ਵਾਂ ਜਦ ਨੁਕਸਾਨ ਹੁੰਦਾ ਬਾਬਾ ਰੋਂਦਾ ਉਹ। ਮੈਂ ਦਰਾਂ ਦਾ ਕਦੇ ਕਹੇ ਤੇ ਜ਼ੁਲਮ ਕਰਨਾ ਹੀ ਪੋਵੀ ਨਾ ਤੇ ਕਹੇ ਕੋ ਮਾਰਨਾ ਪੋਵੀ ਹੱਸਦੇ ਬੰਦੇ ਕੋ ਮਾਰੇ ਰੋਂਦੇ ਕੋ ਨਾ ਮਾਰੇ। ਜਿਹੜਾ ਪਹਿਲੇ ਰੋਂਦਾ ਵਹਿੰਦਾ ਹੋਵੇ ਤੂੰ ਕਿਉਂ ਮਰਿੰਦਾ ਤੂੰ ਉਹਦੇ ਕੋਲ ਪੁੱਛ ਯਾਰ ਕਿਉਂ ਰੋਂਦੇ। ਅਸਾਂ ਜੋ ਰੋਂਦੇ ਹਾਂ ਧੀਆਂ ਭੇਣੀ ਕੋ ਨਾਲ ਲਾ ਕੇ ਤੂੰ ਸਾਡੇ ਕੋਲ ਪੁੱਛੀਆਂ ਯਾਰ ਤੁਹਾਡੇ ਨਾਲ ਕੀ ਬਣੀਏ ਕਿਉਂ ਰੋਂਦੇ ਹੋ ਹੱਕ ਬਣਦਾ ਅੱਜ ਨਾ ਮਾਵਾ ਸਦਕੇ ਤੀ ਵਾਂ। ਯਾ ਅਲੀ ਮੇਰੀ ਅਗਲੀ ਵਸੀਅਤ ਇਹ ਮੇਰੇ ਬਾਅਦ ਸ਼ਾਦੀ ਕਰਾਏ। ਅਲੀ ਠੱਡਾ ਸਾਹਿਬ ਹਰਕਤ ਮੁਹੰਮਦ ਦੀ ਧੀ ਤੇਰੇ ਬਾਅਦ ਸ਼ਾਦੀ ਤੇਰੇ ਦੁੱਖ ਅਲੀ ਕਬੁੱਢੜਾ ਕਰ ਗਏ ਨਾ ਦੀਏ ਯਾ ਅਲੀ ਜ਼ਰੂਰ ਕਰੇ ਮੇਰੀ ਵਸੀਅਤ ਸਮਝੇ ਤਾਂ ਠੀਕ ਹੈ ਮੇਰੀ ਹਸਰਤ ਸਮਝੇ ਤਾਂ ਠੀਕ ਹੈ ਮੇਰੀ ਜ਼ਰੂਰਤ ਸਮਝੇ ਤਾਂ ਠੀਕ ਹੈ ਜਿਹੜੇ ਮਜਲੇ ਸੁਣਦੇ ਬੈਠੇ ਹੋ। ਅਲੀ ਆਦੇ ਤੁਹਾਡੀ ਜ਼ਰੂਰਤ ਕਿਵੇਂ ਬੀਬੀ ਆਦੀਏ ਜਿਹੜੇ ਨੀ ਦੀ ਦਰਬਾਰ 'ਚ ਵੱਲੀਆਂ ਮੈਂ ਕੋ ਲੱਗਦਾ ਨਾ ਪੁੱਤਰ ਬਚਦੇ ਨਾ ਮੇਰੀਆਂ ਧੀਆਂ ਦੇ ਬੁਰਕੇ ਬਚਦੇ ਨੇ। ਯਾ ਅਲੀ ਤਹੱਜੁਦ ਦੀ ਨਮਾਜ਼ ਲੈ ਆਪਣੇ ਅੱਲਾ ਕੋਲ ਤੇਰੇ ਵਾਸਤੇ ਇੱਕ ਪੁੱਤਰ ਮੰਗੀ ਵਹਿੰਦੀ ਹਾਂ ਜਾਂਦਾ ਨਾਂ ਹੀ ਮੈਂ ਰੱਖੀ ਵਹਿੰਦੀ ਹਾਂ ਅੱਬਾਸ। ਹੋ ਸਕਦਾ ਹੈ ਗਾਜ਼ੀ ਦੇ ਆਵਣ ਨਾਲ ਕੁਝ ਨਹੀਂ ਹੁਸੈਨ ਅਤੇ ਆਲੀਆ ਦੇ ਸੁੱਖ 'ਚ ਗੁਜ਼ਰ ਵਣੇ। ਯਾ ਅਲੀ ਸ਼ਕਲ ਸਾਰੀ ਤੁਹਾਡੀ ਉਹ ਸੀ ਤਵੱਜੋ ਹੈ ਬਾਬਾ ਉਹਦਾ ਨਾਮ ਮੈਂ ਅੱਬਾਸ ਰੱਖਈ। ਨਿਸ਼ਾਨੀ ਇਹ ਸੀ ਸੱਜੇ ਮੋਢੇ 'ਚ ਸੀ ਅਲਮ ਦਾ ਨਿਸ਼ਾਨ ਖੱਬੇ ਮੋਢੇ 'ਚ ਮਸ਼ਕ ਦਾ ਨਿਸ਼ਾਨ ਦੂ ਚੋਲੇ ਸੀ ਕਿ ਆਲੀਆ ਕੋ ਦਿੱਤੀ ਰਹਿੰਦੀ ਹੈ ਜੈ ਲੈ ਆਲੀ ਅੱਬਾਸ ਕੋ ਚੋਲਾ ਪਵਾ ਕੇ ਤੇਰੇ ਹੱਥਾਂ 'ਚ ਗਿਨ ਆਵੇ ਨਾ ਮੇਰੀ ਤਰਫੋਂ ਪੇਸ਼ਾਨੀ ਚੁੰਮੇ ਸਲਾਮ ਦੇਵੇਂ ਆਖੇ ਰਸੂਲ ਦੀ ਧੀ ਸਲਾਮ ਲੈਂਦੀ ਆ ਵੀ ਅਤੇ ਆਦੀ ਆ ਵੀ ਸ਼ਰੀਫ ਕੰਢ ਸੁੰਜਣੇ ਦਿਨ ਮੇਰੀਆਂ ਧੀਆਂ ਦੀ ਭਾਰਤ ਹੋ ਬਾਬਾ ਹਰ ਬੰਦਾ ਰੋ ਪੀ ਸਦਕੇ ਥੀ ਵਾਂ। ਯਾਲ ਹੀ ਗੱਲ ਕੁਬਈ ਦੱਸੇ ਅਖਾਇ ਚਾਜਣੇ ਤੇਰੇ ਚੋਲੇ ਸੀ ਤੇ ਨਾ ਉਹਦੇ ਪੁੱਤਰਾਂ ਦੇ ਦਰਜ਼ੀ ਦਾ ਨਾਂ ਜਬਰੀਲ ਹੀ ਤੇ ਜਦਾਂ ਤੇਰੇ ਚੋਲੇ ਸੀ ਤੇ ਨੇ ਇਸ ਤਰ੍ਹਾਂ ਸੱਜੇ ਹੱਥ ਨਾਲ ਤਸਬੀਹ ਵੀ ਨਹੀਂ ਪੜ ਸਕਦੇ ਅੱਲਾ ਭਾਵੇਂ ਵਸਦੇ ਰਹੋ ਇਹ ਘਰ ਆਬਾਦ ਤੇ ਸ਼ਾਦ ਰਹੇ 12ਵੇਂ ਦੀ ਆਮਦ ਤੱਕ। ਤੁਰ ਗਈ ਮੁਹੰਮਦ ਦੀ ਧੀ ਧੀਆਂ ਦੇ ਪਿਓ ਬੈਠੇ ਆ ਗਈ ਡੋਲੀ ਗਾਜ਼ੀ ਅੱਬਾਸ ਦੀ ਅੰਮਾ ਦੀ ਊਂ ਦਰਵਾਜ਼ੇ 'ਤੇ ਜਿੱਥੇ ਰਸੂਲ ਰੁਕਦਾ ਏ ਬਾਬਾ ਦਈਆਂ ਤੂੰ ਪੁੱਛ ਸੁਭੋ ਬੂਹਾ ਨਹੀਂ ਜਿੱਥੇ ਨਬੀ ਰੁਕ ਪੈਂਦਾ ਏ ਦਈਆਂ ਆਦੀਆਂ ਨੂੰ ਉਹ ਬੂਹਾ ਆਦੀ ਮੇਰੀ ਡੋਲੀ ਰੱਖੋ। ਡੋਲੀ ਰੱਖੀ ਗਈ ਆਪਣੇ ਕਦਮਾਂ 'ਤੇ ਤੁਰੀ ਚੌਕਟ 'ਤੇ ਬੋਸਾ ਦਿੱਤਾ ਸਭਾਈ ਕਦਮ ਨਿਸ ਰੱਖਾ ਤੂੰ ਚੁੱਪ ਕਰ ਗਏ। ਅੱਬਾਸ ਦੀ ਮਾਂ ਬਤੂਲ ਦੇ ਬੂਹੇ ਕੋ ਗਵਾਹ ਬਣਾ ਕੇ ਆਦੀਏ ਗਵਾਹ ਰਾਵੇਂ ਬੋਸਾ ਦਿੱਤਮ ਕਦਮ ਨਿਮ ਰੱਖਾ ਤੇਰੀ ਮਰਜ਼ੀ ਜਿਵੇਂ ਸੁਣ ਬੂਹੇ ਦੇ ਅੰਦਰੋਂ ਖੜੀਆਂ ਰਸੂਲ ਦੀਆਂ ਡੂ ਨਵਾਸੀਆਂ ਇੱਕ ਬਈ ਦੇ ਗੱਲ ਬਈ ਪਾ ਕੇ ਆ ਦਿਨ ਜਿਵੇਂ ਅੰਮਾ ਆਦੀ ਆਈ ਹੇ ਤਾਹੀਆਂ ਮਾਲੀ ਸ਼ਾਲਾ ਵਸੋ ਬਾਬਾ ਅੰਮਾ ਬਿਸਮਿਲਾ ਮੇਰੀਆਂ ਸੈਣੀ ਬਿਸਮਿਲਾ ਆਦਨ ਮਾਲੀ ਮਸਨਤ ਕੱਢੀ ਨੇ ਵੱਡੀ ਸੈਣ ਮਸਨਤ ਵੀ ਛਾ ਦਿੱਤੀ ਅਮਾਓ ਬਿਸਮਿਲਾ ਮਸਨਤ ਹਾਜ਼ਰ ਸੱਤ ਕਦਮ ਪਿਛਾ ਹਟ ਗਈ ਮਸਨਤ ਦਾ ਸਲਾਮ ਕੀਤਾ ਜੰਨਤ ਉਲ ਬਕੀ ਦੇ ਪਾਸੇ ਦੇਖ ਕੇ ਆਦੀ ਮੁਹੰਮਦ ਦੀ ਧੀ ਇਹ ਤੇ ਕੋ ਕਹੇ ਆਖਿਆ ਮੈਂ ਤੇਰੀਆਂ ਬਰਾਬਰੀਆਂ ਕਰਾਉਣਾ ਸਾਂ ਮੈਂ ਤਾਂ ਆਇਆ ਇਹਨਾਂ ਦੀ ਕਨੀਜ਼ੀ ਕਰਨ ਤੇਰੇ ਬਚੜੇ ਜੀਵਨ ਧੀਆਂ ਦੇ ਪਰਦੇ ਆਉਣੀ ਛੇਵਾਂ ਇਮਾਮ ਆਦੇ ਯਕੀਨਨ ਉਹ ਸਾਰੇ ਮੰਨਣ ਵਾਲਾ ਜਿਹੜਾ ਸਾਰੀ ਇੱਜ਼ਤ ਸੁਣ ਕੇ ਰੋਂਦਾ ਹੈ ਬਈ ਇਹ ਘਰਾਨਾ ਸ਼ਰੀਫ ਕੇ ਦਹਾਈ ਇੱਜ਼ਤਦਾਰ ਕੇ ਦਹਾਈ ਲੋਕਾਂ ਲੁੱਟਾ ਕਿਉਂ ਹੈ। ਚਾਂਦਰੀ ਗੁਜ਼ਰ ਗਏ 8ਵਾਂ ਡੀ ਯਾਦ ਈ ਹਵੇਲੀ 'ਚ ਪਹਿਲਾਂ ਬੰਦ ਤਾਂ ਕਰੋ ਬਾਬਾ 8ਵਾਂ ਡੀ ਹਾਈ ਅਲੀ ਘਰ ਐਨ ਬੀਵੀ ਸਾਹਮਣੇ ਆ ਬੈਠੀ ਜਿਵੇਂ ਸਾਵੇਲ ਬਾਂਧਨ ਅਲੀ ਪੁੱਛਦੇ ਕੁਝ ਮੰਗਦੇ ਹੋ ਬੀਵੀ ਆਦੀ ਸਵਾਲ ਕਰਨ ਆਈ
ਅਲੀਆ ਦੇ ਮੰਗ ਮੈਂ ਵਸਦਾ। ਜਿਹੜੇ ਮਰਫਤ ਵਾਲੇ ਬੈਠੇ ਹੋਏ ਆਦੀ ਬਈਆ ਕੁਝ ਨਾ ਮੰਗਦੀ, ਹਵੇਲੀ ਅੰਜ ਕਰ ਲਿਓ। ਅਲੀ ਪੁੱਛੇ ਮੈਂ ਵਜ੍ਹਾ ਪੁੱਛ ਸਕਦਾ? ਬੀਬੀ ਆਦੀ ਵਜ੍ਹਾ ਇਹ ਬਹੁ ਕੋਸ਼ਿਸ਼ ਕਰਦੀਆਂ ਜਿੱਥੇ ਰਸੂਲ ਦੀਆਂ ਧੀਆਂ ਟੁਰਨ ਉੱਥੇ ਮੇਰਾ ਕਦਮ ਨਾ ਆਵੇ। ਆਹਵਾ ਇੱਕ ਹਵੇਲੀਏ ਮੈਂ ਤਾਂ ਕਦਾਂ ਬੇਅਦ ਵੀ ਥੀ ਪੋਵੇ, ਮੈਂ ਘਾਰੀ ਚੋਂ ਕੁਝ ਘਿਨਣ ਆਈ ਹਾਂ, ਬੇਅਦ ਵੀ ਥੀ ਪਈ ਤਾਂ ਮੈਂ ਕੀ ਖੱਟਾ। ਸੈਯਦਾ ਅਲੀ ਵੱਖਰੀ ਹਵੇਲੀ ਕਰ ਦਿੱਤੀ। 26 ਹਿਜਰੀ 4 ਸ਼ਬਾਨ ਦੀ ਧੰਮੀ 15 ਮਈ ਆਖਦੇ ਨੇ ਅਲੀ ਦੀ ਹਵੇਲੀ 'ਚ ਦੂਜਾ ਅਲੀ ਆ ਗਿਆ। ਆਲੀ ਹਸੈਨ ਬਾਬਾ ਸਫਦਰ ਸ਼ਾਹ ਜੀ ਫਿਰਾ ਕੁਛ ਆ ਕੇ ਨਿਸ਼ਾਨੀਆਂ ਮਿਲਾਈਆਂ, ਛੋਟੀ ਭੈਣ ਕਦੀ ਅੰਮਾ ਵਾਲੇ ਚੋਲੇ ਘਿਨਾ ਇਹੋ ਆਪਾਸ ਹੈ। ਸ਼ਾਲਾ ਤੁਸਾਂ ਵੱਸੋ ਬਾਈ, ਮਾਂ ਦੇ ਸਲਾਮ ਲਿੱਤੇ, ਮਾਂ ਦੀ ਤਰਫੋਂ ਬੋਸੇ, ਚੋਲਾ ਪਵਾਇਆ, ਸੱਜੇ ਟੁਰਦੀ ਆਦੀ ਇਹੋ ਆਪਾਸ ਹੈ, ਖੱਬੇ ਟੁਰਦੀ ਆਦੀ ਬੁਰਕਾ ਬਚ ਗਈਮ ਬਾਈ ਜੀ, ਅੱਗਾਂ ਕਦਮ ਚੈਂਦੀ ਆਦੀ ਕਹਿਣ ਦੀ ਜ਼ਰੂਰਤ ਨਹੀਂ, ਜਿਹੜਾ ਹੁਸੈਨ ਤੋਂ ਤਿਰਛੀ ਨਿਗਾਹ ਦੇਖੇ। ਸੱਜੇ ਟੁਰਦੀ ਹੈ ਤਾਂ ਦੀਏ ਜਵਾਨੀ ਕਦਾਂ ਚੜਸੇ। ਅਮਾ ਫਿਜ਼ਾ ਜੀ ਮਸਜਿਦ ਦੇ ਬੂਹੇ 'ਤੇ ਵੰਜ, ਬਾਬੇ ਕੋ ਗਾਜ਼ੀ ਦੀ ਆਮਦ ਦੀ ਮੁਬਾਰਕ ਬੂਹੇ ਮਸਜਿਦ 'ਤੇ ਦੇ ਆ। ਜਨਾਬ ਫਿਜ਼ਾ ਟੁਰ ਪੈਣ, ਆਦਨ ਅਲੀ ਦਾ ਇੱਕ ਕਦਮ ਮੰਦਿਰ ਆਈ, ਮਸਜਿਦ ਦੇ ਇੱਕ ਬਹਿਰਾ ਆਈ, ਯਾ ਅਲੀ ਸਲਾਮ, ਫਿਜ਼ਾ ਭੇਣ ਲੱਗ ਸਲਾਮ, ਮੁਬਾਰਕ ਖੈਰ ਮੁਬਾਰਕ ਕੀ ਮੁਬਾਰਕ, ਅੱਲਾ ਪੁੱਤਰ ਦਿੱਤਾ ਹੀ। ਅਲੀ ਆਦਮ ਮੈਂ ਹਸਨ ਹੁਸੈਨ ਦਾ ਪਿਓ ਹਾਂ। ਜਨਾਬ ਫਿਜ਼ਾ ਆਦਨ ਸੱਚੇ ਹੋਈ ਤੇਰੇ ਪੁੱਤਰਿਨ, ਇਹ ਕੋਈ ਵੱਖਰੇ ਔਸਾਫ ਦਾ ਮਾਲਿਕ ਹੈ। ਅਲੀ ਆਦੇ ਉਹ ਕਿਵੇਂ ਆਦੀ ਹੈ, ਸੱਤ ਤਾਹ ਕੀਤੇ ਮੀਂਹ ਬਾਜ਼ੂ ਫੈਲੈਨ ਇਸ ਬਧਣਾ ਤਰੁੱਟ ਗਏ, ਚੁੱਪ ਕਰ ਗਏ। ਅਲੀ ਦੀਵਾਰ ਨਾਲ ਮੱਥਾ ਲਾ ਕੇ ਆਦੇ ਹਾਏ ਅੱਬਾਸ। ਫਿਜ਼ਾ ਦੀ ਜਾ ਅਲੀ ਉਹ ਜਾਂ ਬਚੜੇ ਜੰਮ ਪਵੇਨ ਪੀਉ, ਖੁਸ਼ ਥਿੰਦਨ ਰੋਂਦਾ ਕਿਉਂ ਹੈ, ਆਦਾ ਇਹਨਾਂ ਤਾਕਤਾਂ ਜਾਣਦਾ ਹੇ ਮਜਬੂਰ, ਇਹਦੀ ਕਿਸਮਤ 'ਤੇ ਵਧਾ ਰੋਂਦਾ, ਧੀਆਂ ਦੇ ਪਰਦੇ ਆਉਣੀ। ਅੱਛਾ ਹੈ ਫਿਜ਼ਾ ਭੇਣ ਗਾਜ਼ੀ ਜੋ ਆਏ, ਭੇਣੀ ਭਰਾਵਾਂ ਦਾ ਕੋਈ ਪਿਆਰ, ਯਾ ਅਲੀ ਜਾਏ ਲੈ ਤਾਂ ਗਾਜ਼ੀ ਜਮਾ ਚਾਹੀ ਹੀ ਕਾਲੀ ਆਵਦੀ ਆਦੀ ਕਹੇ ਕੁਨ ਅੜੇ ਸਮੇਂ ਦੇ ਹਿੱਸੇ ਦਾ ਵੀਰ। ਯਾ ਅਲੀ ਅੱਜ ਕੋਈ ਗੱਲਾਂ ਵੱਖਰੀਆਂ ਵਧੀ ਕਰੇਂਦੀ ਆ ਆਲੀਆ, ਹਸਨ ਕੋ ਦੁਆਈ ਕਰੇਂਦੀ ਏ, ਸ਼ਾਲਾ ਤੇਰੇ ਲੰਗਰ ਚੱਲਦੇ ਰਹਾਂ। ਕਈ ਦਫ਼ਾ ਮੈਂ ਸੁਣੇ ਹੁਸੈਨ ਬਾਦਸ਼ਾਹ ਕੋ ਆਦੀਏ ਸ਼ਾਲਾ ਗਰਮ ਹਵਾ ਲੱਗੀ, ਜਿਹੜੇ ਮਾਰਫਤ ਵਾਲੇ ਲੋਕ ਬੈਠੇ, ਯਾ ਅਲੀ ਗਾਜ਼ੀ ਦੀ ਪਰੇਸ਼ਾਨੀ ਚੁਮਕਿਆ ਦੀ, ਗਾਜ਼ੀ ਤੂੰ ਤਾਂ ਨਾ ਜੀਵੇਂ ਜਿਤਨੀ ਮੈਂ ਜੀਵਾਂ, ਮਰਜ਼ੀਆਂ ਆ ਲਵੇ ਤੇਲੇ ਬਾਅਦ ਮੈਂ ਲਾਜ਼ਾ ਹੀ ਨਾ ਜੀਵਾ। ਪਹਿਲੀ ਦਫ਼ਾ ਬੀਬੀ ਤੋਂ ਬਾਅਦ ਅਲੀ ਹਵੇਲੀ 'ਚ ਪਾਇਆ। ਆਲੀਆ ਬੀਬੀ ਗਾਜ਼ੀ ਕੋ ਚਾਹੀ ਵਧਣ ਕੰਡ ਵਾਲੇ ਪਾਸੋਂ, ਨਜਬ ਦਾ ਸ਼ਾਹ ਖੜੇ, ਆਲੀਆ ਧੀ ਸਲਾਮ, ਬਾਬਾ ਲੱਖ ਸਲਾਮ, ਆਸਮਾਨ ਦੇ ਪਾਸੇ ਦੇਖ ਕੇ ਦਾ ਤੇਰੀ ਜ਼ਾਤ ਦੇ ਲੱਖ ਅਹਿਸਾਨ ਹੈ। ਇਹੋ ਜਿਹੀਆਂ ਬੱਛੜਾ ਦਿੱਤਾ ਹੀ ਜਿਹੜੀ ਨਹੀਂ ਅਲੈਂਦੀ ਅਲਾ ਤਪਈਏ, ਦਹੀਆਂ ਦੇ ਪਰਦੇ ਉਹਨੇ ਅੱਲਾ ਵਸਤੇ, ਸ਼ਾਲਾ ਵਸਦੇ ਰਹੋ ਬਾਬਾ। ਆਲੀਆ ਧੀ ਗਾਜ਼ੀ ਆ ਗਈ, ਬਾਬਾ ਅੱਲਾ ਦਾ ਅਹਿਸਾਨ ਹੋਏ, ਪਿਆਰਾ ਲੱਗਦਾ ਹੀ ਆਦੀ ਹਸਨ ਹੁਸੈਨ ਤੋਂ ਵੱਧ ਕੇ। ਅੱਛਾ ਫਿਰਾ ਜਮਨ ਭੇਣੀ ਖੁਸ਼ ਹੁੰਦੀਆਂ, ਬਾਬਾ ਖੁਸ਼ੀ ਆ ਜਾ, ਸੱਜਣ ਮੁਬਾਰਕ ਲੈਂਦਨ, ਬਾਬਾ ਦਿਓ ਮੁਬਾਰਕ ਦੇ ਦੇ ਜਿਹੜੇ ਮਹਿਲੋ ਬੈਠੇ ਹੋ। ਅਲੀ ਆਦੇ ਗਾਜ਼ੀ ਦੀ ਮੁਬਾਰਕੀ ਦੇਣੀ ਤੇ ਇੱਕ ਦਫ਼ਾ ਮਹਿਲੋ ਦੇਖ, ਚੁੱਪ ਕਰ ਗਈ, ਰੋਂਦੀ ਹੋਈ ਮਿੱਟੀ 'ਤੇ ਬਹਿ ਗਈ ਹੈ, ਛੋਟੀ ਧੀ ਕਦਮਾਂ 'ਤੇ ਹੱਥ ਲਾ ਕੇ ਦੀ ਵਤ ਨਾ ਆਖੇ ਮੇਰੀ ਭੈਣ ਮਰ ਹੋਏ ਸੀ ਯਾਰ, ਇਹਦਾ ਹਯਾ ਕਰੇਂਦੀ ਆਈ ਪਿਓ ਤੂੰ ਹਾਏ। ਸਾਰਾ ਸਾਰਾ ਨਹੀਂ ਬਾਈ ਜੀ ਚਾਹੀਦਾ ਹੋਇਆ, ਪਹਿਲਾ ਪਰੋੜਾ ਅੱਬਾਸ, ਦੂਜਾ ਅਲੀ ਅਕਬਰ। ਬਜ਼ੁਰਗੋ ਤਤਹੀਰ ਵਾਲੀ ਚਾਦਰ ਦਾ ਲੜ ਵਧਾ ਕੇ ਅਮਾਮਾ ਵਧਾਵਿਆ, ਕੁਝ ਲੋਕ ਲਾਇਲਮੀ ਦੀ ਵਜ੍ਹਾ ਨਾਲ ਆਖ ਵੰਦਨ ਚਾਦਰ ਲਹਾ ਕੇ ਵਧਾਵਿਆ, ਲਹਾ ਕੇ ਨਹੀਂ ਭਾਈ, ਚਾਦਰ ਤਾਂ ਵਸਤੇ ਦਾ ਗਾਜ਼ੀ ਮੰਗਾਂ ਨੇ ਅੱਲਾ ਤੂੰ। ਅੱਬਾਸ ਤੂੰ ਇਹ ਬੁਰਖਾ ਪਿਆਰਸ, ਚਾਦਰ ਦਾ ਲੜ ਵਧਾ ਕੇ ਅਮਾਮਾ, ਦੀਗਿਰਲੇ ਦੋਵੇਂ ਭੇਣੀ ਹਵੇਲੀ ਟੋਰੇ ਨਾ ਅਤੇ ਖੁਸ਼ ਥੀਵੇਂ ਨਾ। ਡਿੱਠੇ ਅੱਬਾਸ ਦੀ ਮਾਂ ਦੋਵੇਂ ਹੱਥ ਕਦਮਾਂ 'ਤੇ ਲਾ ਕੇ ਆਦੀ, ਜਾ ਅਲੀ ਕਿਹੜੀਆਂ ਲਜਪਾਲ ਹਨ ਬਤੂਲ ਦੀਆਂ ਦੀਆਂ, ਮੇਰੇ ਗਾਜ਼ੀ ਕੋ ਟੁਰਨ ਵਧੀਆਂ ਸਿਖੈਂਦੀਆਂ, ਤੂੰ ਚੁੱਪ ਕਰ ਗਏ, ਅਲੀ ਦੀ ਦਾੜੀ ਫੁੱਸ ਗਈ ਹੈ। ਫਰਮਿੰਦਰ ਗਾਜ਼ੀ ਦੀ ਮਾਂ ਸਿਖੈਂਦੀਆਂ ਨਹੀਂ ਵਧੀਆਂ, ਸਿੱਖਦੀਆਂ ਵਧੀਆਂ। ਵਾਹ 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 ਵਾਹ, ਆਦੇ ਇਵੇਂ ਬਾਬਾ 4 ਸਾਲ ਦਾ ਸਿੰਨ ਹੈ ਅੱਬਾਸ ਦਾ, 4 ਸਾਲ ਦਾ,
ਜ਼ੁਹਰੈਨ ਦੀ ਨਮਾਜ਼ ਦਾ ਟਾਈਮ ਹੈ। ਗਾਜ਼ੀ ਦੀ ਮਾਂ ਮੁਸੱਲੇ ਤੇ, ਜਨਾਬ ਫਿਜ਼ਾ ਹਵੇਲੀ ਚੈਨ, ਐਂ ਬੀਬੀ ਆਦੀ ਫਿਜ਼ਾ ਭੈਣ ਮੇਰਾ ਅੱਬਾਸ ਡਿੱਠਈ ਸੈਣ ਹੁਣੇ ਆਲੀ ਆਦੀ ਝੋਲੀ 'ਚ ਬੈਠਾ ਹੀ ਮਸਜਿਦ 'ਚ ਨਮਾਜ਼ ਪੜ੍ਹ ਕੇ ਆਏ, ਤੂੰ ਚੁੱਪ ਕਰ ਗਏ। ਗਾਜ਼ੀ ਦੀ ਮਾਂ ਤੜਪ ਕਹੀਏ, ਠੱਡਾ ਸਾਹ ਭਰ ਕੇ ਦੀ ਜਲਦੀ ਕਰ ਮੇਰਾ ਗਾਜ਼ੀ ਸਾਡ। ਗਾਜ਼ੀ ਸਾਹਮਣੇ ਆ ਖੜੇ, ਅੱਬਾਸ ਸਲਾਮ, ਅੰਮਾ ਮੇਰੇ ਲੱਖ ਸਲਾਮ, ਕਿਨ ਗਈ ਹਾਂ ਮੈਂ ਗਾਜ਼ੀ ਆਦੇ ਭੈਣੀ ਦੇ ਘਰ ਜਿਹੜੇ ਮੈਂ ਲੋੜੇ ਉਹਦੇ ਬੈਠੇ। ਕਿਹੜੀਆਂ ਭੈਣੀ? ਸੈਣੀ ਦਾ ਨਾਂ ਚੈਸ, ਬੀਬੀ ਆਦੀ ਮੇਰੇ ਸਾਹਮਣੇ ਵੱਲ ਆ, ਸਾਹਮਣੇ ਵੱਲ ਹੈ, ਹੁਣ ਦੱਸਾ ਕਿਹੜੀਆਂ ਭੈਣੀ? ਸੈਣੀ ਦਾ ਨਾਂ ਚੈਸ। ਅੱਛਾ ਬੀਬੀ ਆਦੀ ਉਹਨਾਂ ਦੀ ਮਾਂ ਕੁ ਜਾਣਦਾ? ਬਾਬਾ ਜੀ ਬੀਬੀ ਤਸਬੀ ਬੈਠੇ ਪੜ੍ਹਦੇ ਹਨ। ਗਾਜ਼ੀ ਆਦੇ ਮੈਂ ਜਿਹੜੀ ਤਸਬੀ ਪੜ੍ਹਦੇ ਬੈਠੇ ਵੇ ਨਾ, ਇਹ ਉਹਨਾਂ ਦੀ ਮਾਂ ਦੀ ਨਮਾਜ਼ ਤੋਂ ਬਾਅਦ ਤਸਬੀ ਨਾ ਪੜ੍ਹੀ ਦੀ, ਅੱਲਾ ਨਮਾਜ਼ ਕਬੂਲ ਨਹੀਂ ਕਰੇਂਦਾ, ਇਹ ਮੁਹੰਮਦ ਦੀ ਧੀ ਦੀ ਤਸਬੀ ਹੈ, ਅਮਾਈਆ ਤਸਬੀ ਵਾਲੀ ਉਹਨਾਂ ਦੀ ਮਾਂ ਹੈ। ਅੱਛਾ ਬੀਬੀ ਆਦੀ ਤੇਰੀ ਮਾਂ ਉਹਨਾਂ ਦੀ ਮਾਂ ਦੀ ਕੀ ਲੱਗਦੀ ਹੈ? ਗਾਜ਼ੀ ਆਦੇ ਅੰਮਾ ਮੇਰੀ ਮਾਂ ਕਨੀਜ਼ ਹੈ, ਉਹ ਸੈਣ ਹੈ, ਤੂੰ ਚੁੱਪ ਕਰ ਗਏ। ਪੁੱਤਰ ਦਾ ਮੂੰਹ ਚੁੰਮ ਕੇ ਆਦੀ, ਫੈਸਲਾ ਤਾਂ ਆਪ ਕੀਤੀ ਖਾਣਾ ਹੈ, ਮਾਂ ਕਨੀਜ਼ ਹੈ, ਤੂੰ ਫਿਰਾ ਹੈ। ਅੱਲਾ ਭਾਵੇਂ ਵਸੋ, ਬਸ ਮੈਂ ਇਤਨਾ ਚਾਹੁੰਦਾ ਨਹੀਂ ਭਾਈ। ਬਿਸਮਿਲਾ ਸੈਯਦਾ, ਬਿਸਮਿਲਾ ਬਜ਼ੁਰਗੋ, ਮਾਂ ਕਨੀਜ਼ ਤੂੰ ਫਿਰਾ ਨਾ ਮੇਰਾ ਬਛੜਾ। ਉਹ ਖਾਤੂਨ ਹੈ ਜੰਨਤ ਦੀਆਂ ਧੀਆਂ, ਰਸੂਲ ਦੀਆਂ ਨਵਾਸੀਆਂ, ਬਤੂਲ ਦੀਆਂ ਧੀਆਂ, ਤੂੰ ਕਨੀਜ਼ ਦਾ ਪੁੱਤਰ ਹੈ। ਜ਼ਿੰਦਗੀ ਵਿੱਚ ਭੈਣੀ ਨਾ ਸੱਦੇ, ਨਬੀ ਅਕਰ ਉਹਨਾਂ ਦੇ ਘਰ ਅੱਗੇ ਆਵੇਂ ਛੋਟਾ, ਤੂੰ ਵਹਿੰਦੇ ਤੇ ਕੁਛ ਚਾਹੀਦੀ, ਜਿਹੜੀ ਤੇ ਕੁਛ ਚਾਹੀਦੀ ਉਹ ਜ਼ਿੰਦਗੀ ਸਿਰਫ ਅੱਲਾ ਦਾ ਕੁਰਾਨ ਚਾਹੀ। ਜਿਹੜੇ ਦਾ ਨਾ ਸੁਬਹ ਦੀ ਨਮਾਜ਼ ਤੋਂ ਬਾਅਦ ਜਾਂ ਕੁਰਾਨ ਦੀ ਤਿਲਾਵਤ ਕਰੀਏ, ਕੁਰਾਨ ਦੇ ਸਫ਼ੇ ਤੇਰੀ ਮਾਂ ਫਿਜ਼ਾ ਵਧੀ ਪਰਤੇਂਦੀ ਆਉਂਦੀ ਹੈ। ਹਾਏ ਇਹਦੀ ਪਰਦਾਂ ਲਈ ਆਈ ਅਲੀ ਦੀ ਧੀ, ਤੂੰ ਚੁੱਪ ਬੈਠੇ ਨਗੀ ਅਕਰ, ਜ਼ਿੰਦਗੀ 'ਚ ਹਸਨ ਹੁਸੈਨ ਦੇ ਅੱਗੋਂ ਨਾ ਟੁਰੇ, ਕਦਮਾਂ 'ਤੇ ਕਦਮ ਨਾ ਰੱਖੇ, ਫਿਰਾ ਨਾ ਸਦੇ, ਜਿਹੜੇ ਮਾਰਫਤ ਵਾਲੇ ਬੈਠੇ ਹੋ ਮਾਂ ਦੀ ਚਾਦਰ ਚੁਮਕਿਆ ਤੇ ਤੱਡਾਂ ਸਦੇ ਸਾਂ, ਹੁਣ ਜਦੋਂ ਤੁਸਾਂ ਆਖਸੋ। ਵਾਹ ਵਾਹ ਜਵਾਨੀ ਹੋਈ ਬੱਚਾ, ਅਮਾ ਵਾਦ ਹੋਇਆ ਬਸ ਲੱਗਦੇ ਨਾ ਵੈਸਾ ਉਹਨਾਂ ਦੇ ਘਰ। ਸੈਯਦਾ ਇੱਕ ਦੀ ਨਹੀਂ ਗਿਆ, ਦੂਜਾ ਸੂਰਜ ਗਰੂਬ ਥੀ ਗਏ ਨਹੀਂ ਗਿਆ, ਤੀਜਾ ਲਹਿ ਗਈ ਨਹੀਂ ਗਿਆ, ਚੌਥਾ ਨੀ ਚੜ੍ਹੇ, ਅਲੀ ਦੀ ਧੀ ਦੇ ਸਬਰ ਦੇ ਬੰਨ ਟੁੱਟ ਗਏ। ਛੋਟੀ ਭੈਣ ਕੋ ਦੀ ਆਪਣਾ ਬੁਰਕਾ ਪਹੀਆ, ਮੇਰਾ ਚਾਹੀਆ ਅਮਾ ਫਿਜ਼ਾ ਕੋ ਨਾਲ ਲਈਆ। ਬਾਬਾ ਇੱਕ ਲਫ਼ ਜ਼ਿਆਦਾ ਤੁਹਾਡੇ ਰਾਹ ਦਾ, ਰੋ ਪੋਸੋ ਤਹੱਜੋ ਤੇਲੇ ਯਾਦ ਆਵਣੇ ਤੇ ਦੁਆ ਕਰ ਛੁੜੇ। ਬੀਬੀ ਆਦੀ ਆਪਣਾ ਬੁਰਕਾ ਪਹੀਆ, ਮੇਰਾ ਚਾਹੀਆ ਗਾਜ਼ੀ ਕੋ ਨਾਲ, ਅਮਾ ਫਿਜ਼ਾ ਕੋ ਨਾਲ ਲਈਆ। ਚੌਥਾ ਨੀਹ ਨਹੀਂ ਆਉਂਦਾ, ਆਦੀ ਉਹ ਜਾਣੇ ਉਹਦੀ ਨਿਭਦੀ ਹੈ। ਚੁੱਪ ਕਰ ਗਏ ਉਹ ਜਾਣੇ ਉਹਦੀ ਮੇਰੀ ਨਿਭਦੀ ਨਹੀਂ, ਪਤਾ ਕਰ ਆਵਾਂ ਕਿਉਂ ਨਹੀਂ ਆਉਂਦਾ। ਬਜ਼ੁਰਗਾ ਮਾਂ ਦੀ ਹਵੇਲੀ 'ਚ ਬੁਰ ਕੇ ਪਾ ਕੇ ਆਈਆਂ, ਬਾਬਾ ਜੀ ਆਵਣ ਨਾ ਸੱਜੇ ਖੱਬੇ ਟੁੱਟਦਾ ਵਧੇ ਅਤੇ ਆਧਾ ਵਧੇ, ਚਾਰ ਸਾਲ ਚਾਹੀਦਾ ਹੀ ਹੈ। ਇਹ ਉਧਾਰ ਕਿਵੇਂ ਲਹੇ ਸੇ ਗਾਜ਼ੀ? ਤੇ ਪਈ ਸੈਣੀ ਤੇ ਦੀਦ ਭਜੇ, ਮਾਂ ਦੇ ਪਾਸੇ ਨਾਲ ਆ ਬੈਠੇ ਚਾਦਰ ਚੁਮਕਿਆ ਤੇ ਉਹ ਮੇਰੀ ਸੈਣੀ ਆ ਗਈ। ਛੋਟੀ ਭੈਣ ਦੀ ਗੱਲ ਬਈ ਪਾ ਕੇ ਦੀ ਮਾਂ ਸਿਖਾਇਆ ਸੀ ਯਾਰ, ਇਹਦੇ ਸੋਹਣੇ ਰੋ ਪਇਓ, ਇਹਦੇ ਸੋਹਣੇ ਰੋ ਪਇਓ, ਸੁਣੀ ਸੀ ਅਵਸਤੇ ਰਹੋ। ਧੀਆਂ ਦੇ ਪਰਦੇ ਆਉਣੇ ਬਾਈ, ਇੱਕ ਬੰਦ ਪੜ ਲਿਓ ਥਾਈ ਵਸਦੇ ਵੇਲੇ ਦਾ। ਬੀਬੀ ਆਦੀ ਗਾਜ਼ੀ ਸਰ ਝੁਕਾ ਗਿਆ ਦੇ ਜੀ ਸੈਣ, ਦੂਜੀ ਹਕਲ ਮਾਰੀ ਸਲਮਾਨ ਜੀ ਸੈਣ, ਤੀਜੀ ਹਕਲ ਮਾਰ ਕੇ ਆਦੀ ਗਾਜ਼ੀ ਮੈਂ ਲੋੜੇ ਖੜੋਇਆ ਕਦਮਾਂ ਚਲਾ ਗਿਆ ਤੇ ਮੈਂ ਕੋਈ ਹੁਸੈਨ। ਵਾਹ 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 ਵਾਹ, ਤੁਹਾਨੂੰ ਹਸਨ ਹੁਸੈਨ ਦੇਖ ਸਕਦੇ ਨੇ ਮੇਰੀ ਜੁਰਤ। ਬੀਬੀ ਆਦੀ ਹੁਕਮ ਪੇ ਦੇਣੀ ਮੈਨੂੰ ਦੇਖ, ਗਾਜ਼ੀ ਜਿੱਥੇ ਸੈਣ ਹੁਕਮ ਜਲਣਾ ਕੇ ਹੁਕਮ, ਬੀਬੀ ਆਦੀ ਮੈਂ ਕੌਣ ਆਦੇ ਸੈਣ, ਗਾਜ਼ੀ ਤੂੰ ਕੌਣ ਆਦੇ ਨੌਕਰ। ਬੀਬੀ ਆਦੀ ਗਾਜ਼ੀ ਕਦਾ ਸੁਣਾ ਹੋਈ ਸੈਣੀ ਨੌਕਰ ਚਾਵੇ, ਹਾਏ ਸਰ ਝੁਕਾ ਕੇ ਆਦੇ ਤੁਹਾਡੀ ਲਜ ਪਾ ਲਈਏ ਮੈਂ ਨੌਕਰ ਹਾਂ। ਬੀਬੀ ਆਦੀ ਗਾਜ਼ੀ ਨੌਕਰੇ ਤਾਂ ਮੇਰੀ ਮਾਂ ਦਾ ਜਨਾਜ਼ਾ ਰਾਤੀ ਚਵੇ, ਮੇਰੇ ਘਰ ਕਿਉਂ ਆਉਂਦਾ ਰਹੇ?
ਅਦਬ ਦਾ ਸਰ ਚੁਕਾ ਕੇ ਦੇ ਪਿਛਲੀ ਮਾਫੀ ਦੇ ਵਤਨਾਸ ਤੁਸਾਂ ਚੁੱਪ ਕਰ ਗਏ ਛੋਟੀ ਭੈਣ ਚਮਕਿਆ ਦੀ ਅਗਲੀ ਗੱਲ ਨਾ ਆਖੇ ਗਾਦੀ ਮਰਵੇ ਸੀ ਭਾਈ ਜੀ ਮੇਰੀ ਸੈਨ ਬਹਿ ਗਈ ਗਾਦੀ ਗੁਹਾ ਨਾ ਲਈ ਬੈਠੀ ਏ ਪੈਸਾ ਨੀ ਚਮਕਿਆ ਦੀ ਬੈਠੀ ਗਾਦੀ ਜੀ ਤੂੰ ਕੌਣ ਆਧੇ ਨੌਕਰ ਚੁੱਪ ਕਰ ਗਏ ਅੱਲਾ ਗਵਾਏ ਜਿਹੜਾ ਬਾਰ ਬਾਰ ਕਸਮੇ ਨੌਕਰ ਪੈਸਾ ਨੀ ਚਮਕਿਆ ਦੀ ਭੈਣੀ ਦੀ ਗੱਲ ਪੁੱਛਣ ਵਾਲੀ ਨਹੀਂ ਮਹਿਸੂਸ ਕਰੀਂਦਾ ਆਖੇ ਲੱਗ ਕੇ ਮਾਵਾਂ ਦੇ ਨਹੀਂ ਵਿਹੜਾ ਛੋੜ ਦੀਆਂ ਤੇ ਪਰਦੇ ਹੋਣੇ ਬਜ਼ੁਰਗੋ ਸੋਝੀਆਂ ਦਾ ਆਵਾਜ਼ ਚੁੱਕਾ ਕਰ ਬਾਬਾ ਆਖੇ ਲੱਗ ਕੇ ਮਾਵਾਂ ਦੇ ਨਹੀਂ ਵਿਹੜਾ ਛੋੜ ਤੁਹਾਡੇ ਵਾਸਤੇ ਪੜਦੇ ਖੜੇ ਆ ਤੁਹਾਡੀ ਉਮਰ ਸੀ ਹੁਕਮ ਆਈ ਬਾਬ ਸਾਹਿਬ ਦਰਸ਼ਾ ਦਾ ਕਾਫੀ ਸਫ਼ਰ ਕਰ ਰਹੇ ਹੈ ਭੇੜੀ ਦੀ ਗਾਲ ਪੂਛਣ ਵਾਜ਼ੀ ਇਹ ਨਹੀਂ ਮਹਿਸੂਸ ਕਰੀਂਦਾ ਆਖੇ ਲੱਗ ਕੇ ਮਾਵਾਂ ਦੇ ਨਹੀਂ ਵਿਹੜਾ ਛੋੜ ਦੀਆਂ ਦੇ ਪਰਦੇ ਹੋਣੀ ਭਾਈ ਬੀਬੀਆਂ ਦੀਆਂ ਹੁੰਦੀਆਂ ਭੈਣੀ ਮਿਸਲ ਮਹਿਮਾਨਾਂ ਦੇ ਲਈ ਭੈਣੀ ਨਾਲ ਰੁਸੀਂਦਾ ਮਾਂ ਉਮਲ ਬਨੀਨ ਖੁਆਕ ਫਿਜ਼ਾ ਅੱਜ ਨਹੀਂ ਅੱਬਾਸ ਅੱਬਾਸ ਮਨੀ ਜੀ ਬਾਬਾ ਜੀ 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 ਸੁਣੋ ਕਰ ਭੇੜੀ ਦੀ ਗਾਲ ਪੁੱਛਣ ਵਾਲੀ ਨਹੀਂ ਇਨ ਮਹਿਸੂਸ ਕਰੀਂਦਾ ਆਖ ਲੱਗ ਕੇ ਮਾਵਾਂ ਦੇ ਨਹੀਂ ਵਿਹੜਾ ਛੋੜ ਜੀ ਭਾਈ ਹੋਦੀਆਂ ਭੇੜੀ ਮਿਸਲ ਮਹਿਮਾਨਾਂ ਦੇ ਰੁਸੀਂਦਾ ਮਾਂ ਉਮਰ ਬਨੀਨ ਕੋ ਆਖ ਫਿਜ਼ਾ ਅੱਜ ਨਹੀਂ ਅੱਬਾਸ ਮਨੀ ਸੈਦ ਸੋਹਣੇ ਰੋ ਭੈਣ ਬਾਬਾ ਜੀ ਅੱਧਾ ਬੰਦ ਵੀ ਅੱਪੜਦਾ ਜਿਹੜੇ ਰੋ ਪਏ ਅੱਜ ਅੱਬਾਸ ਚਾਰ ਸਾਲ ਦਾ ਹੁਣ ਚੌਂਤੀ ਸਾਲ ਦਾ ਕਰੀਅਰ ਜਵਾਨ ਇੱਕਰੀਏ ਨਾ ਮੁਹਰਮ ਜ਼ਿੰਮੇਦਾਰੀ ਹੁਸੈਨ ਗਰੀਬ ਗਾਦੀ ਕਦਮਾਂ ਚ ਬੈਠੇ ਦੋ ਜਾਂ ਕਦਮਾਂ ਚੜਾ ਕੇ ਆ ਬੈਠੇ ਉਹ ਕਿਹੜੀ ਫੌਜ ਜਾਂਦਾ ਮੈਂ ਜਰਨੈਲਾ ਆਖੇ ਗਾਜ਼ੀ ਨੀਰ ਵਹਾ ਕੇ ਨਹੀਂ ਸਮਾਜਾਂ ਦੀ ਕਿਉਂ ਚੁੱਪ ਬੈਠਾ ਅਖਬਾਰ ਜਾਏ ਪੁੱਤਰ ਕੁਹਾ ਵਾਹ 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 ਨਹੀਂ ਸਮਾਜਾਂ ਦੀ ਕਿਉਂ ਚੁੱਪ ਬੈਠਾ ਅਖਬਾਰ ਜਾਏ ਪੁੱਤਰ ਕੁਹਾ ਅੱਲਾਹ ਤੋਂ ਵਸਤਾ ਰੱਖੇ ਸੋਹਣੇ ਆਸੂ ਆ ਗਏ ਸੋਹਣਾ ਇਸਤਕਬਾਲ ਕੀਤਾ ਵੇ ਗਾਜ਼ੀ ਦੀ ਆਮਦ ਦਾ ਤੁਹਾਡੇ ਬੱਚੜੇ ਜੀਵਨ ਸੁਨਿਸ਼ੀ ਆਬਾਦ ਹੋਵੋ ਮਲਿਕ ਅੱਬਾਸ ਐਡਵੋਕੇਟ ਮਲਿਕ ਮੁਸ਼ਤਾਕ ਮਾਲਿਕ ਹਯਾਤੀਆਂ ਵਾਲੇ ਨੇ ਇੱਕ ਅਜ਼ਾਦਾਰ ਬੇਟੇ ਡੇਵੇ ਸਦਕਾ ਗਾਜ਼ੀ ਅੱਬਾਸ ਦਾ ਇੱਕ ਸਲਵਾਦ ਪੜ੍ਹੋ ਮੈਂ ਇੱਕ ਦੋ ਕਸੀਦਾ ਤੁਹਾਨੂੰ ਸੁਣਾ ਦਿਆ ਉੱਠ ਜਾਓ ਬਾਈ ਵਲਾਈ ਤਕਲੀਫ ਕਰੋ ਸਲਵਾਦ ਪੜ੍ਹੋ ਬਾਬਾ
ਇੰਝ ਨਹੀਂ ਯਾਰ, ਉੱਚੀ ਸਲਵਾਤ ਪੜ੍ਹੋ, ਕੋ ਮਜਲਿਸ ਦਾ ਮਾਹੌਲ ਬਣਾਓ। ਵਲਾਈ ਤਕਲੀਫ ਕਰੋ, ਸਲਵਾਤ ਪੜ੍ਹੋ ਭਾਈ, ਪੜ੍ਹ ਦਿਓ ਬਾਬਾ ਕਸੀਦਾ। ਮਾਨ ਲੈ ਆਲ ਕੁਤੁਲ ਕਾਮਿਲ ਇਨਸਾਨ ਕੀ ਤਰ੍ਹਾਂ, ਮਾਨ ਕਾਮਿਲ ਇਨਸਾਨ ਕੀ ਤਰ੍ਹਾਂ। ਨਾਰਾ ਸੁਣਾ ਨਜਫ ਦੇ ਵਾਲੀ ਦੇ ਨਾਂ ਦਾ ਬਾਬਾ, ਅੱਛਾ ਜਿਹੜਾ ਬਾਦਸ਼ਾਹ ਹੁਸੈਨ ਹੈ ਨਾ ਬਾਬਾ, ਇਹ ਸ਼ੀਆਂ ਦਾ ਸਿਰਫ ਇਮਾਮ ਨਹੀਂ, ਇਹ ਆਲਮੀਨ ਦਾ ਇਮਾਮ ਹੈ। ਜਿਹੜੇ ਬੰਦੇ ਕੋ ਘਰ 'ਚ ਰਿਸ਼ਤਿਆਂ ਦੀ ਤਮੀਜ਼ ਥੀਂਦੀ ਹੈ ਨਾ, ਇਹ ਮੇਰੀ ਧੀ ਹੈ, ਇਹ ਮਾਂ, ਇਹ ਫੁੱਫੀ ਹੈ, ਇਹ ਭੈਣ ਹੈ, ਹੁਸੈਨ ਉਹਦਾ ਮੋਹਸਿਨ ਹੈ। ਸੁਨੀ ਸ਼ੀਆ ਦੀ ਕੈਦ ਨਹੀਂ ਬਾਬਾ, ਹਰ ਗੈਰਤਮੰਦ ਦਾ ਹੁਸੈਨ ਆਈਡੀਅਲੀ ਹੈ, ਪੀਰੀ ਹੈ, ਰਹਿਬਰੀ ਹੈ। ਰਲ ਕੇ ਨਾਰਾ ਹੈ ਹੈਦਰੀ ਮੁਹੰਮਦ ਅਹਿਲ ਬੈਤ ਮੁਹੰਮਦ ਮਖਲੂਕ। ਭਾਈ ਗੱਲਾਂ ਨਾ ਕਰੋ ਭਾਈ, ਉਹ ਰੁਮਾਲ ਵਾਲਾ ਗੱਲਾਂ ਨਾ ਕਰੋ, ਜਿਵੇਂ ਉਹ ਜਿਵੇਂ ਜ਼ਿੰਦਗੀ ਉਹ ਵੀ ਹੈਦਰੀ ਮੁਹੰਮਦ ਅਹਿਲ ਬੈਤ ਮੁਹੰਮਦ ਮਖਲੂਕ ਹੈ। ਕੁਝ ਬੰਦੇ ਇਲਜ਼ਾਮ ਲੈਂਦੇ ਨੇ ਸੀ ਏ ਅਲੀ ਕੋ ਮੁਹੰਮਦ ਤੋਂ ਵਧਾਉਂਦੇ ਨੇ, ਸਾਰਾ ਚੇਤਾ ਫਿੱਟੋ ਸੋ ਵਧਾਉਂਦੇ। ਜਿਲੇ ਅਲੀ ਵਧਦਾ ਨਹੀਂ, ਅਲੀ ਯਾਦ ਹੈ ਇੱਕ ਦਿਨ 'ਚ ਕਈ ਦਫ਼ਾ ਆਦਾ ਹੈ, ਮੈਂ ਮੁਹੰਮਦ ਦੇ ਗੁਲਾਮਾਂ 'ਚੋਂ ਇੱਕ ਗੁਲਾਮ ਹਾਂ। ਤਵੱਜੋ ਹੈ ਬਾਬਾ, ਮੁਹੰਮਦ ਅਹਿਲ ਬੈਤ ਮੁਹੰਮਦ ਮਖਲੂਕ, ਉਹ ਵਾਹਦਹੂ ਲਾ ਸ਼ਰੀਕ ਖਾਲਿਕ, ਸੱਚੇ ਬਾਬਾ। ਲੇਕਿਨ ਹੇ ਮਖਲੂਕ, ਤੇਰੇ ਮੇਰੇ ਜਿਹੀ ਮਖਲੂਕ ਨਹੀਂ, ਆਪਣੇ ਜੈਸਾ ਨਾ ਸਮਝ, ਨਾਰਾ ਸੁਣਾ ਨਜਫ ਦੇ ਵਾਲੀ ਦੇ ਨਾਂ ਦਾ ਬਾਬਾ, ਇੱਕ ਸ਼ੇਰ ਵੀ ਫੜੀ ਮੈਨੂੰ ਬਾਬਾ, ਸਲਵਾਤ ਉੱਚੀ ਪੜ੍ਹ ਦਿਓ ਭਾਈ। ਮੈਂ ਬਿਸਮਿਲ੍ਲਾ, ਵਲਾਈ ਤਕਲੀਫ ਕਰੋ, ਸਲਵਾਤ ਪੜ੍ਹੋ। ਫਾਤਿ ਮਹਬੀਬ ਅਸਦੀ ਜੈਸੀ ਕੋਈ ਸ਼ਕੀਤਾ ਨਹੀਂ
ਕੋਈ ਇਮਰਾ ਕੀ ਤਰ੍ਹਾਂ ਅੱਛਾ ਬਈ ਜਿਹੜੇ ਬੰਦਾ ਯਾਲ ਹੀ ਨਹੀਂ ਆਖ ਤੋ ਕੁਛ ਮਿਲੀਏ ਬੋਲੋ ਹੈਦਰੀ ਸ਼ੀਆ ਜ਼ਾਕਿਰ ਆਲੇ ਮਾਧਨ ਅਲੀ ਦਾ ਨਾਂ ਚਾਹੋ ਖਤਮੇ ਕੁਰਾਨ ਦਾ ਸਵਾਬ ਕਿਬਲਾ ਅਲਾਮਾ ਤਹਿਰੁਲ ਕਾਦਰੀ ਯਾਦ ਹੈ ਅਲੀ ਦਾ ਨਾਂ ਚਾਹੋ 2000 ਖਤਮੇ ਕੁਰਾਨ ਦਾ ਸਵਾਬ ਹੈ ਬਾਬਾ ਜੀ ਆਸੇ ਹੈਦਰੀ ਕਿਆ ਬਾਤ ਹੈ ਤੁਹਾਡੀ ਅੱਲਾ ਤੋਂ ਵਸਤਾ ਰੱਖੇ ਸਲਵਾਤ ਪੜ੍ਹੋ ਕਸੀਦਾ ਵੀ ਪੜ੍ਹ ਦਿੰਦੇ ਹਾਂ ਬਾਈ ਦਾ ਹੁਕਮ ਹੈ ਇੱਕ ਦਫ਼ਾ ਸਾਰੇ ਸਲਵਾਤ ਸੁਣੀ ਸ਼ੀਆ ਰਲ ਕੇ ਪੜ੍ਹੋ ਯਾਰ ਵਿੱਚ ਮੁਸ਼ਕਿਲ ਦੇ ਪੀਰੀ ਅਲੀ ਬਿਨ ਕੋਈ ਸਹਾਰਾ ਨਹੀਂ ਹੋ ਸ਼ੁਕਲ ਦੇ ਵਿੱਚ ਮੁਸ਼ਕਲ ਦੇ ਵਿੱਚ ਮੁਸ਼ਕਲ ਦੇ ਸ਼ੁਕਲ ਦੇ ਵਿੱਚ ਮੁਸ਼ਕਲ ਦੇ ਕਮਲੇ ਲੋਕ ਐਨ ਬਾਬਾ ਜੀ ਕਮਲੇ ਲੋਕ ਐਨ ਕੱਲ ਮੈਂ ਉਹਨਾਂ ਦਾ ਪੜ੍ਹਦੇ ਹਨ ਅਜ਼ਮੈਂਦੇ ਅਲੀ ਅਤੇ ਨਬੀ ਕੋ ਹਨ ਵੀ ਟੰਗੀ ਦੀ ਨੇ ਜੀਂਦੇ ਜਵਾਨ ਕੋ ਕਫਨ ਪਵੈਂਦੇ ਐਂ ਕਰਕੇ ਮੋਢਾਂ 'ਤੇ ਚੈਂਦੇ ਐਂ ਗਿਣਜੁਲਦੇ ਆ ਯਾ ਅਲੀ ਕੋਲ ਆਦਾ ਜੋ ਹੈ ਆਸਮਾਨਾਂ ਦੇ ਰਸਤੇ ਬਿਹਤਰ ਜਾਣਨਾ ਦੇਖਾ ਅਲੀ ਕੋ ਮੋਏ ਜੀਂਦੇ ਦਾ ਪਤਾ ਲੱਗਦਾ ਚਵਲ ਲੈਣ ਯਾਰ ਬੋਲੋ ਮੇਰੇ ਨਾਲ ਬਾਬਾ ਜੀ ਕਮਲਿਆਂ ਪਤਾ ਹੀ ਕਿਹੜੇ ਦੇ ਕਮਲਿਆਂ ਤਾਂ ਕੋਈ ਦੱਸੀ ਵੰਨਾ ਜਿਹੜਾ ਮਿੰਬਰ 'ਤੇ ਬੈਠੇ ਹੋ ਅਤੇ ਜਿਹੜੀ ਸ਼ੈ ਮਰਜ਼ੀ ਆਉਂਦੀ ਨੇ ਪੁੱਛੋ ਜ਼ਮੀਨਾਂ ਦੀਆਂ ਗੱਲਾਂ ਤੂੰ ਆਸਮਾਨਾਂ ਦੀਆਂ ਗੱਲਾਂ ਅਲੀ ਚੰਗੀਆਂ ਜਾਣਦਾ ਭਜਨ ਵਿੱਚੋਂ ਕਮਲਾ ਉੱਠਿਆ ਉਹ ਆਖ ਮੇਰੇ ਪਟਕੇ ਦੇ ਵੱਲ ਕਿਤਨੇ ਤੂੰ ਇਹਦਾ ਵੱਡਾ ਦਾਅਵਾ ਕੀਤੀ ਬੈਠੇ ਉਹ ਪਟਕੇ ਦੇ ਪੇਚ ਬੰਦਾ ਪੁੱਛਦਾ ਸਾਡੇ ਅਸੀਂ ਵੀ ਆਪਾਂ ਗੱਲ ਉੱਠਾ ਉਹ ਆਖ ਮੇਰੀ ਦਾੜੀ ਦੇ ਵਾਲ ਕਿਤਨੇ ਵੀ ਆ ਕੁੱਠੇ ਉਹ ਆਖ ਜਿਹੜੀ ਲੰਬੀ ਖੱਜੀ ਖੜੀ ਹੈ ਸਾਰੇ ਘਰ ਅਤੇ ਰੱਤੀ ਥਾਈ ਖੜੀ ਹੈ ਸੱਜੇ ਪਾਸੋਂ ਜਿਹੜਾ ਗੋਸ਼ਾਂ ਦੇ ਡੋਕੇ ਜਿਤਨੇ ਇਹ ਹਾਨੀ ਸਵਾਲ ਤਵੱਜੋ ਹੈ ਬਾਬਾ ਅਰਬ ਦੇ ਬੱਧੂ ਜੋ ਹਨ ਇਹ ਫਿਗਰ ਮੈਂ ਆਪਣੀ ਪਾਸੋਂ ਤਾਦਾਦ ਆਪਣੀ ਤਰਫ ਲੈਂਦਾ ਪਈ ਅਲੀ ਯਾਦ 104 ਹਨ ਗੋਸ਼ੇ ਦੇ ਦਾਣੇ 100 ਬੰਦੇ ਇਹਦੇ ਤਕੜਿਆਂ ਬਗੈਰ ਕਮਾਨ ਦੇ ਚੜ ਗਏ ਤੁਸੀਂ ਖਜੀ ਦੇ ਚੜ੍ਹਦਾ ਕਢਾ ਨਹੀਂ ਦਿੱਤਾ ਬੈਠੇ ਤੇ ਇਵੇਂ ਜਿਵੇਂ ਲੰਦਨ ਹੀ ਚੁਆਏ ਹੋ ਭਾਈ ਜੀ ਮੰਨ ਕੇ ਗੋਸ਼ਾ ਜਾਂ ਗੱਪਾਂ ਨੇ ਦਾਣੇ ਗਿਣੇ ਨੇ ਤਾਂ ਉਹ 104 ਥੀਏ
ਚੇਤਾ ਫਿੱਟ ਗਿਆ ਨੇ ਉਹ ਜਿਹੜਾ ਹਿੱਕ ਚਲਾ ਕੇ ਹਿੱਕ ਥੋੜ੍ਹਾ ਜਿਹਾ ਐਵੇਂ ਚੜ੍ਹੇ ਰੜਾਏ ਉਹ ਆਖੇ ਬਰਬਾਦ ਥੀਵੇਂ ਹਰ ਲੈ ਬੋਲੇ ਆ ਕੋੜ ਹੱਕੀ ਤੇ ਹੁਣ 104 ਇਹਨੂੰ ਆਖੇ ਤੂੰ ਚੁੱਪ ਕਰ ਮੈਂ ਡੂ ਖਾਣਾ ਹੈਦਰੀ ਮੈਂ ਡੂ ਵਿੱਚੋਂ ਉਹ ਆਖੇ ਬੰਦੇ ਦਾ ਬੱਚਾ ਬਾਣ ਆਖੀ ਨਬੀ ਦਾ ਫਿਰਾ ਬੈਠੇ ਹੀ ਮੈਂ ਤਾਂ ਕਹਿ ਸਖਤੀ ਤੇ ਪੋਵੇਂ ਪਚਣ ਦੇਵੀ ਸ਼ਾਲਾ ਬਾਬਾ ਡੂ ਦਾਣੇ ਖਾਧਨ ਚਾਹ ਖਿਨੈਨ ਉਹ ਆਖੇ ਸੀ 102 ਇਨ ਅਲੀ ਮੁਤਮੈਨ ਥੀ ਕਿਆ ਤੇ ਨਹੀਂ 104 ਇਨ ਉਹ ਆਖੇ ਸੀ ਸਾਰੀ ਤਾਂ ਕਦਾ ਹਨੀ ਮੰਨੀਏ ਜਿਹੜੇ ਤੁਹਾਡੇ ਆਪਣੇ ਬੈਠੇ ਨੇ ਨਾ ਕੋਲ ਜਗਣਵਾਓ ਜਿਹੜੀ ਆਪਣੀ ਆਪਣੀ ਟੀਮ ਹੀ ਹੈ ਅਲੀ ਦੀ ਹਿੱਕ ਸਲੇਮਾਨ ਅਬੂਜ਼ਰ ਕੰਬਰ ਮਿਕਦਾ ਦੇ ਬੈਠੇ ਹੈ ਬਾਈ ਗਿਣੋ ਬਾਬਾ ਸ਼ਾਹ ਉਹਨਾਂ ਚਾਹਿਆ ਉਹਨਾਂ ਗਿਣੇ ਤਾਂ 102 ਅਦਨ ਸਾਲੇ ਮਾਂ ਤੇ ਪਿਓ ਜਨਾਬ ਤੋਂ ਕੁਰਬਾਨ ਥੀਵਨ ਹਿਨ ਯਕੀਨਨ 104 ਹੁਣ 102 ਚਾਹੀ ਵਧਨ ਮੌਲਾ ਉਦੋਂ ਡਿੱਠਾ ਉਹ ਜਿਹੜਾ ਦਾਣੇ ਖਾਧੀ ਬੈਠਾ ਵੀ ਕਿਤਨੇ ਹਨ ਬਈ ਉਹ ਆਖੇ ਸਾਈਂ ਹੁਣ ਤਾਂ ਤੁਹਾਡੇ ਆਪਣੇ ਜਾਣੇ ਕੀ ਨਹੀਂ ਖੜਨ ਤੇ 102 ਹਨ ਅਲੀ ਯਾਦ ਤੂੰ ਦੱਸੇਂਦੇ ਜਾਂ ਦਾਣੇ ਬੋਲਣ ਇਹ ਜਿਹੜੇ ਬਜ਼ੁਰਗ ਬੈਠੇ ਨਾ ਬਜ਼ੁਰਗ ਇਹ ਜਾਣਦੇ ਨੇ ਅੱਜ ਤੋਂ 15-20 ਸਾਲ ਪਹਿਲੇ ਇੱਕ ਬਿਮਾਰੀ ਆਉਂਦੀ ਬਾਬਾ ਸਫਦਰ ਸ਼ਾਹ ਜੀ ਹੁੰਦਾ ਨਾਂ ਇੱਕ ਕੁਲੰਜ ਹੁਣ ਅੱਲਾ ਭਾਵੇਂ ਕੋਈ ਸਾਲਾ ਨਾ ਹੋਵੇ ਕੁਲੰਜ ਦਾ ਪੱਤਾ ਉਕਵੇ ਜਾਂ ਕੋ ਪੋਵੇ ਸੈਯਦਾ ਇਹ ਦਾਣੇ ਖਾਵਣ ਤੋਂ ਪਹਿਲੇ ਕੁਲੰਜ ਕੋਈ ਨਾ ਸ਼ੁਰੂ ਪਿਆ ਥੀਂਦੀ ਬਾ ਉੱਥੇ ਹੀ ਆਂਦਰਾਂ ਖੇਡਣ ਨਾ ਵਿਲਾਕੇ ਅਤੇ ਇਵੇਂ ਦੋਵੇਂ ਹੱਥ ਕਦਮਾਂ 'ਤੇ ਲਾ ਕੇ ਅਤੇ ਹਸਨੈਨ ਜੀਵਨੀ ਮਾਫੀ ਦੇ ਚਾਹੇ 104 ਹੈ ਤਵੱਜੋ ਹੈ ਬਾਬਾ ਚਲੋ ਤੁਸੀਂ ਖੁਸ਼ ਤਾਂ ਥੀ ਪਏ ਅਲਹਮਦੁਲਿਲਾ ਸੁਣੀ ਸ਼ੀਆ ਵਸਦੇ ਰਹੋ ਵੀ ਆ ਜਾਣਾ ਉੱਠ ਭਾਈ ਜੀ ਨਬੀ ਅਤੇ ਅਲੀ ਕੁਝ ਮਹਿੰਦੇ ਹਨ ਅਰਬ ਦੇ ਬੱਦੂ ਵੀ ਆ ਉੱਠਾ ਉਹ ਆਖੇ ਇਹਦਾ ਬੁਝੱਕਾ ਮੇਰੇ ਪਿਹੂ ਦਾ ਨਾਂ ਕੀ ਹੈ ਹੁਣ ਇਹ ਸਿਆਣੀ ਗੱਲ ਕੀਤੀ ਸੀ ਅਲੀ ਅਲੈਹਿ ਸਲਾਮ ਫਰਮਾਉਂਦੇ ਨੇ ਬੰਦੇ ਢੇਰ ਹਨ ਬਹਿਵਾਨ ਉਹਦੀ ਕਮੀਨਗੀ ਦੇਖ ਇਹਦੀ ਸ਼ਰਾਫਤ ਦੇ ਭਲਾ ਉੱਠਾ ਉਹ ਆਖੇ ਸਹੀ ਮੇਰੇ ਪਿਹੂ ਦਾ ਨਾਂ ਅਲੀ ਅਤੇ ਬਹਿਵਾਨ ਤੀਜੀ ਦਫ਼ਾ ਉੱਠਾਊਂਗਾ ਕਿ ਮੇਰੇ ਪਿਓ ਦਾ ਨਾਂ ਅਲੀ ਯਾਦ ਹੈ ਆਖਰੀ ਮੌਕਾ ਹੀ ਪਹਿਵਾਨ ਮੈਂ ਕੋਈ ਸਿੱਖਰ ਦੀ ਕਸਮ ਵਾ ਸਫਦਰ ਸ਼ਾਹ ਜੀ ਵੱਧ ਉੱਠੇ ਮੇਰੇ ਪਿਓ ਦਾ ਨਾਂ ਅਲੀ ਯਾਦ ਜਾਂਦਾ ਹੀ ਦੱਸਾਂ ਜੋ ਜਾਂਦਾ ਸੜ ਵਹਿੰਦਾ ਹੈ ਤਵੱਜੋ ਹੈ ਭਾਈ ਜੀ ਇਹੋ ਮਾਰਕਾ ਕਫਨ ਪਵਾ ਕੇ ਜੇ ਕੋਈ ਕਫਨ ਬਾਬਾ ਜੀ ਪਵਾਇਆ ਨੇ ਨਾ ਉਹ ਪਹਿਨਦਾ ਨਹੀਂ ਉਹ ਆਖੇ ਬਰਬਾਦ ਥੀ ਵੋ ਮੈਂ ਤਾਂ ਮੇਰੀ ਰੜੀ ਕੱਢੋ ਭਾਈ ਉਹਨਾਂ ਆਖੇ ਕੁਝ ਨਹੀਂ ਥੀਂਦਾ ਬਾਸਾਂ ਜਾ ਲੈ ਅਲੀ ਜਨਾਹ ਦਾ ਫੜਾ ਕੇ ਖੰਘ ਮਰੇ ਸੂ ਤੂੰ ਉੱਠੀ ਪਵੇਂ ਅਤੇ ਨਬੀ ਦਾ ਫਿਰਾ ਸ਼ਰਮਸਾਰ ਥੀ ਸੀ ਤਵੱਜੋ ਹੈ ਉਹ ਆਖੇ ਗਾਲ ਤਾਂ ਵੱਡੀ ਔਖੀ ਹੈ ਜੀਂਦੇ ਕਫਨ ਪੈ ਪਵੇਂ ਦੇ ਭਾਵੇਂ ਤਾਂ ਇਹੋ ਕਫਨ ਹੀ ਨਸੀਬ ਨਥੀ ਆ ਤੀਵੇਂ ਚਾਹ ਕੇ ਘਿੰਨੇ ਯਾ ਅਲੀ ਤੁਹਾਡਾ ਜਣਾ ਮਰ ਗਈਏ ਅਲੀ ਯਾਦ ਇਹਦਾ ਕੋਈ ਫਾਰਿਸ ਇਹਦਾ ਕੋਈ ਪਿਓ ਇੱਕ ਬੁੱਢੜਾ ਨਿਕਲਿਆ ਉਹ ਕਹਿੰਦਾ ਸਾਡਾ ਸਰੀਂਦਾ ਆਵੀ ਜ਼ਿਕਰ ਦੀ ਇੱਜ਼ਤ ਦੀ ਕਸਮ ਅਲੀ ਯਾਦ ਪਿਆਰਾ ਨਹੀਂ ਵੀ ਲੱਗਦਾ ਅਰੇ ਯਾ ਅਲੀ ਮਰ ਜੁਗੀ ਐ ਪੜਾਓ ਜਨਾਜ਼ਾ ਮਰ ਜੁਗੀ ਅਲੀ ਯਾਦ ਬੁੱਢਾ ਮੇਰੋ ਦੇਖ ਮੈਂ ਅਲੀ ਆ ਹੈਦਰੀ ਜ਼ਾਕਿਰ ਮਸਕੀਨ ਤੇ ਫਤਵਾ ਮਿੰਟ ਚ ਲੈਂਦੇ ਨੇ ਤਵੱਜੋ ਹੈ ਬਈ ਸਹੀ ਉਹਦਾ ਹੀ ਜ਼ਾਕਿਰ ਆਈ ਤੇ ਆਖਰ ਅਲੀ ਜੀਂਦੇ ਦਾ ਜਨਾਜ਼ਾ ਪੜਾਏ ਬਾਬਾ ਅਲੀ ਜਨਾਜ਼ਾ ਨਹੀਂ ਪੜਾਇਆ ਅਲੀ ਮਰਦੂਦ ਦੇ ਗਾਟੇ ਤੇ ਲੱਤ ਰੱਖੀ ਹੈ ਤਵੱਜੋ ਮੈਨੂੰ ਇਹ ਇਹਦੇ ਗਾਟੇ ਤੇ ਅੱਛਾ ਮੈਂ ਤੁਹਾਡੇ ਕੋਲ ਪੁੱਛਦਾ ਬੰਦਾ ਜੋ ਸਿੱਧਾ ਸੁੱਤਾ ਪਿਆ ਹੋਵੇ ਤੇ ਇੱਥਾਂ ਹੀ ਬਾਲ ਪੇਰ ਚੜੇ ਵੇ ਬਾਲ ਉਹਦੀ ਤਬੀਅਤ ਕਿਵੇਂ ਥੀ ਵੈਸੇ ਜੀ ਤੇ ਜਹਿੰਦੇ ਗਾਟੇ ਤੇ ਖੈਬਰ ਛਕਣ ਦੀ ਲੱਤ ਆਵੇ ਜੀ ਅਲੀ ਦਾ ਤਾਰੋ ਫੇਰ ਤੁਹਾਨੂੰ ਮੈਂ ਕੋ ਤਾਂ ਭਾਈ ਕੋਈ ਨਹੀਂ ਸਲੇਮਾਨ ਕੋਈ ਨਹੀਂ ਤੁਹਾਕੂ ਹੋ ਸੀ ਜੋ ਤੂੰ ਸਜਣੇ ਵੱਡੇ ਵੇ ਅਲੀ ਤੇ ਨਬੀ ਬੈਠੇ ਹਨ ਮਸੀਤ ਵਿੱਚ ਜਿਹੜੇ ਹਾਜੀ ਬੈਠੇ ਹੋ ਤੇ ਮਸੀਤ ਦੇ ਪਿਛਲੇ ਪਾਸੋਂ 4-5 ਬੰਦੇ ਬੈਠੇ ਹਨ ਉਹਨਾਂ ਸਲੇਮਾਨ ਹੀ ਬਾਸ ਅਫਦਰ ਸ਼ਾਹ ਜੀ ਆਇਆ ਸਲੇਮਾਨ ਦਾ ਸਲਾਮ ਮਰਿਆ ਨੇ ਸਲਾਮ ਦਾ ਜਵਾਬ ਸਲੇਮਾਨ ਮਸੀਤ ਵਿੱਚ ਕੌਣ ਬੈਠੇ ਹਨ ਸਲੇਮਾਨ ਤੇ ਮੈਂ ਨਾ ਜਾਣਦਾ ਉਹਨਾਂ ਆਖੇ ਹਰ ਲੈ ਨਬੀ ਯਾਦ ਅਬੂਜ਼ਰ ਤੇ ਸਲੇਮਾਨ ਵੱਡੇ ਸੱਚੇ ਨੇ ਕਿਹੜਾ ਕੂੜ ਮਾਰਸ ਵਿੱਚੋਂ ਇੱਕ ਬੰਦਾ ਆਉਂਦਾ ਪਿਆ ਉਹਨਾਂ ਆਖਿਆ ਬਈ ਜੁਲਦੇ ਆ ਰਸੂਲ ਕੋ ਸ਼ਿਕਾਇਤ ਕਰਨ ਦੇ ਆਖੜੇ ਨੇ ਸਹੀ ਹਰ ਲਿਆ ਦੇ ਵੇ ਸੱਚੇ ਸਲੇਮਾਨ ਚਿੱਟੇ ਨਹੀਂ ਕੋ ਮਸੀਹ ਦੀ ਕੰਧ ਨਾਲ ਕੂੜ ਮਾਰੇ ਉਹ ਆਖੇ ਸਹੀ ਸਲੇਮਾਨ ਕੋ ਸੁਣਦੇ ਆ ਇੱਕ ਦੀ ਤਾਂ ਨਾ ਸੁਣਦਾ ਦੋਵਾਂ ਦੀ ਸੁਣਦੇ ਆ ਸਲੇਮਾਨ ਕੇ ਆਦੇ ਖੜੇ ਉਹ ਆਖੇ ਸਹੀ ਬਿਆਨ ਦੇਵੇ ਤੱਕ ਪਤਾ ਕੋਈ ਨਹੀਂ ਮਸੀਹ ਦੀ ਕੌਣ ਕੌਣ ਬੈਠੇ ਸਲੇਮਾਨ ਤੇ ਨਹੀਂ
ਉਹਨੂੰ ਆ ਕੇ ਦੇਖੋ ਸਿੰਘ ਕਿਹਦਾ ਕੂੜਾ ਹੈ, ਤੂੰ ਆਖੂ ਤੇ ਅਲੀ ਸੈਨ ਸ਼ਾਹ ਕੋ ਨਹੀਂ ਜਾਣਦਾ, ਸਲਮਾਨ ਤੂੰ ਮੈਂ ਕੋ ਤੇ ਅਲੀ ਕੋ ਨਹੀਂ ਜਾਣਦਾ, ਉਹ ਆਖੇ ਮੈਂ ਕਿਵੇਂ ਜਾਣਾ, ਪਿਛਲੇ ਜੁਮੇ ਤਾਂ ਆਪ ਤਾਂ ਆਖੇ ਅਲੀ ਤੇ ਮੈਂ ਕੋ ਅੱਲਾਹ ਦੇ ਬਗੈਰ ਕੋਈ ਨਹੀਂ ਜਾਣਦਾ, ਮੈਂ ਕੋ ਖੁਦਾ ਹਾਂ, ਹੈਦਰੀ ਬਾਬਾ ਜੈ ਲੈ ਅਲੀ ਗਾਟੇ ਤੇ ਲੱਤ ਰੱਖੀ ਹੈ ਨਾ, ਇਹ ਬੇਟ ਦਾ ਇਲਾਕਾ ਹੈ ਨਾ, ਖੰਗਾ ਖੰਗੂਰੇ ਮਾਰੇ ਨੇ ਸੈਯਦਾ, ਉਹ ਕਿੱਥੋਂ ਉੱਠਣਾ, ਬੁਢੜੇ ਕੋ ਪੈ ਗਈ ਹੈ ਵੀ ਮੈਂ ਨਾਲ ਕੋਈ ਬਣ ਗਈ ਹੈ, ਜਾਣੇ ਕੱਪੜਾ ਲਾਇਆ ਨਾ ਤੇ ਇਵੇਂ ਪਿਆਈ ਜਿਵੇਂ ਭਾਣ ਚ ਬੰਦੇ ਮਰਦਨ ਚ ਭਾਣ ਚ ਮੋਇਓ ਇੱਕ ਡਾਂ ਡਿਠਾ ਵੇ ਪੁੱਤਰ ਲਾਇਕ ਹੋਵੇ ਨਾ, ਪਿਛਲਾ ਟਾਈਮ ਬਾਅਦ ਪਿਓਾਂ ਦਾ ਭਾਣ ਚ ਗੁਜ਼ਰਦਾ ਜੀ, ਤੇ ਗੁਜ਼ਰਦਾ ਦੁਸ਼ਮਣ ਅਹਿਲ ਬੈਦ ਦਾ ਜਿਹੜਾ ਨਬੀ ਤੇ ਅਲੀ ਦਾ ਕਲਮਾ ਪੜਦਾ ਉਹ ਕੋ ਪਤਾ ਹੈ ਪਿਓ ਦੀ ਕੀ ਇੱਜ਼ਤ ਹੈ, ਤਵੱਜੋ ਹੈ ਬਾਬਾ, ਸਵੀ ਸਾਂਝ ਨਾਲ ਮੋਇਆ ਤੇ ਮਾਲ ਕੱਢਣ ਗਏ ਤੇ ਪਿੱਛੇ ਲੱਗਾ ਪਤਾ ਇਹ ਮਰਦੂਦ ਹੀ ਉਵੇਂ ਪਿਆ ਜੀ, ਬੁਢੜੇ ਢਾਈ ਮਾਰ ਕੇ ਰੋਣਾ ਸ਼ੁਰੂ ਕੀਤਾ, ਸਲਮਾਨ ਹੱਸਣਾ ਸ਼ੁਰੂ ਕੀਤਾ, ਯਾਦ ਸਲਮਾਨ ਮੇਰਾ ਜਵਾਨ ਮਰ ਗਏ, ਹੱਸਦਾ ਕਿਉਂ ਹੈ ਸਲਮਾਨ ਦੇ ਅਕਲ ਦਾ ਆਂਦਾ, ਨਜਫ ਦੇ ਸ਼ਾਹ ਦੀ ਕਾਰ ਪਹਿਚਾਨ ਜ਼ਾਇਆ ਕਰ ਨਹੀਂ ਦੀ ਇਮਾਨ ਹੈ ਪੀਰ ਮਾਰਾ ਰਾਤ ਦਾ ਮਾਲਕ ਅੱਲਾਹ ਦੀ ਕਾਇਨਾਤ ਦਾ ਮਾਲਕ ਫਿਰ ਪੜੋ ਅੱਲਾਹ ਦੀ ਕਾਇਨਾਤ ਦਾ ਮਾਲਕ ਰੱਬ ਦਾ ਬਾਬਾ ਰਾਜ਼ੀ ਹੈ, ਸ਼ੇਰ ਵੀ ਅਪੜੂ ਠੀਕ ਵੀ ਅਪੜੂ ਚੋ ਪੰਜ ਬਾਏ ਜੇ ਮੈਂ ਕੋ ਆਂਦੇ ਹੀ ਅਡੂ ਹੋਏ ਬਾਏ ਤਾਂ ਤਾਂ ਪੜਾਂ ਚੋ ਆਵੇਂ ਤਾਂ ਯਾਰੀ ਦਾ ਦਸਤੂਰ ਦਸਾਵਾਂ ਯਾਰ ਦੀ ਮੈਂ ਪਹਿਚਾਨ ਹਿਸਾਬ ਕਿਤਾਬ ਘਰ ਬਣ ਕਰਾਏ ਯਾਰ ਦੀ ਮੈਂ ਪਹਿਚਾਨ ਸ਼ਾਹ ਰਾਧੇ ਕਹਿ ਕੋਈ ਯਾਰ ਹੋ ਗਈ ਦੁੱਖ ਸੁੱਖ ਵਿੱਚ ਨਾਲੇ ਯਾਰ ਹੋ ਗਈ ਦੁੱਖ ਸੁੱਖ ਵਿੱਚ ਫਿਰ ਪੜੋ ਦੁਨੀਆਂ ਹੱਥ ਕਾਇਮ ਮਿਸਾਲ ਫਿਰ ਪੜੋ ਬਾਬਾ ਤੁਹਾਡੀਆਂ ਜ਼ਿੰਦਗੀਆਂ ਹੋਵੇ ਤੁਹਾਡੇ ਬੱਚੜੇ ਜੀਵਨ ਸਲਵਾ ਤੇ ਕੁੱਚੀ ਬਣ ਜਾਓ ਵਲਾਈ ਤਕਲੀਫ ਕਰੋ ਚਾ ਸਲਵਾਤ ਪੜ੍ਹ ਦਿਓ ਅਜ਼ੀਮ ਇਬਾਦਤ ਤੇ ਸਲਵਾਤ ਸਾਰੇ ਰਲ ਕੇ ਬੜਾ ਮਾਰਾ ਬਾਬਾ ਬੜਾ ਮਾਰਾ ਵਲਾਈ ਤਕਲੀਫ ਕਰੋ ਸਲਵਾਤ ਪੜ੍ਹੋ ਹਾਂ
ਜੀਓ ਬਾਈ ਜੀਓ ਸਾਹਿਬ ਕਲਾਮੇ ਤਕਮੀਲ ਤੇਰੀ ਦਾ ਆਖਰੀ ਪਰਚਾ ਪਈ ਵੈਂਦੀ ਆ ਦੇਵਾਣ ਦੇਵਾ ਸ਼ਾਹ ਯਾਰ ਰੋ ਨਹੀਂ ਪਏ ਬਿਸਮਿਲ੍ਲਾ ਸੈਯਦ ਬੰਦ ਸਮਝਾਏ ਭਾਈ ਬਾਤ ਕਰਵਾਏ ਤਕਮੀਲ ਤੇਰੀ ਦਾ ਆਖਰੀ ਪਰਚਾ ਪਈ ਵੈਂਦੀ ਪੜਾ ਬਿਸਮਿਲ੍ਲਾ ਭਾਈ ਬਿਸਮਿਲ੍ਲਾ ਤਕਮੀਲ ਤੇਰੀ ਦਾ ਆਖਰੀ ਪਰਚਾ ਪਈ ਵੈਂਦੀਆਂ ਦੇਵਾਣ ਸ਼ਾਹ ਹਰ ਬੰਦੇ ਵਾਸਤੇ ਬੰਦ ਨਹੀਂ ਜਦੋਂ ਸਮਝ ਆ ਸੀ ਲੋਕ ਸੀ ਪੜਾ ਬਾਬਾ ਵੱਧ ਪੜਾ ਸੈਯਦ ਹੁਣ ਥੱਕ ਪਈ ਹੈ ਮੈਂ ਥੱਕ ਪਈ ਹਾਂ ਸ਼ਾਮ ਪੋਸਾ ਮੇਰਾ ਆਖਰੀ ਸਮੇਂ ਸਮੇਂ ਸਦਾ ਇੱਕ ਬੰਦ ਵੀ ਮੈਂ ਪੜ ਲੈਂਦਾ ਮੇਰਾ ਜੀ ਕਬਰ ਦੇ ਪਾਸੜੇ ਕਿਆ ਦੀ ਵੈਂਦੀ ਹੈ ਮੇਰਾ ਇਓ ਸਫ਼ਰ ਅਖੀਰੀ ਹੈ ਤੇਨ ਮੀ ਵਤਨ ਤੇ ਕਬਰ ਨਸੀਬ ਤੇਰਾ ਨਾਨਕ ਸ਼ਾਇਰ ਤਾਂ ਦੂਰ ਹੈ ਵੀਰੋ ਨਹੀਂ ਵੀ ਪਿਓ ਦਾ ਸ਼ਹਾਰ ਸ਼ਹਾਰ ਕਰੀ ਜਵਾਨੀ ਬਾਣੇ ਸੈਨ ਸਮਝ ਆਈ ਵੇ ਭਾਈ ਤੇਰਾ ਨਾਨਕ ਸ਼ਾਇਰ ਤਾਂ ਦੂਰ ਹੈ ਵੀਰੋ ਨਹੀਂ ਵੀ ਪਿਓ ਦਾ ਸ਼ਹਾਰ ਕਰੀ ਸੋਹਣੇ ਰੋ ਪਿਓ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਬਾਬਾ ਤੇ ਕੁਰਾਹੀ ਆਵਾ
18 ਭੈਣਾਂ ਦੀ ਭੈਣ ਆਈ ਬਾਬਾ ਤੇ ਕੋ ਰਾਹੀਆ